ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਆਮ ਆਦਮੀ ਪਾਰਟੀ ਦਾ ਰਫੜ ਹੋਰ ਵਧਦਾ ਜਾ ਰਿਹਾ। ਆਮ ਆਦਮੀ ਪਾਰਟੀ ਨੇ 5 ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰ ਐਲਾਨ ਦਿੱਤੇ ਅਤੇ ਉਸ ਤੋਂ ਬਾਅਦ ਬਿਆਨਬਾਜ਼ੀ ਹੋਰ ਤੇਜ਼ ਹੋਈ ਅਤੇ ਸਵਾਲ ਪੁੱਛੇ ਜਾਣ ਲੱਗ ਪਏ ਕਿ ਇਹ ਦਿੱਲੀ ਹਾਈ ਕਮਾਨ ਆ ਜਿਹੜੀ ਉਹ ਉਮੀਦਵਾਰ ਕਿਉਂ ਐਲਾਨ ਰਹੀ ਹੈ। ਅਤੇ ਸਵਾਲ ਜਿਹਨੇ ਪੁੱਛਣੇ ਸੀ ਉਹ ਖਹਿਰਾ ਤੁਹਾਡਾ ਯਕੀਨਨ ਉਹ ਸਵਾਲ ਪੁੱਛੇਗਾ, ਕਿਉਂਕਿ ਉਹ ਕਹਿ ਰਹੇ ਸੀਗੇ ਸਾਡੀ ਸਹਿਮਤੀ ਤੋਂ ਬਿਨਾਂ ਸਭ ਕੁਝ ਹੋ ਰਿਹਾ ਅਤੇ ਅਸੀਂ ਵਿਰੋਧ ਕਰਾਂਗੇ ਅਤੇ ਵਿਰੋਧ ਕਰ ਦਿੱਤਾ। ਨਾਲ ਇਹ ਸੰਕੇਤ ਵੀ ਦਰਜ ਕਰਾ ਦਿੱਤਾ ਕਿ ਸਾਡੇ ਲਈ ਇਹਨਾਂ ਨੇ ਤਕਰੀਬਨ ਦਰਵਾਜ਼ੇ ਬੰਦ ਕਰਨ ਦਾ ਇਸ਼ਾਰਾ ਕਰ ਦਿੱਤਾ। ਅਸੀਂ ਇੱਕੋ ਸਵਾਲ ਕਰਾਂਗੇ, ਆਮ ਆਦਮੀ ਪਾਰਟੀ 'ਚ ਬਾਕੀਆਂ ਲਈ ਬੂਹੇ ਬੰਦ ਹੋ ਗਏ। ਕਿ ਅੱਜ ਤੋਂ ਬਾਅਦ ਤੁਹਾਡੇ ਵਾਸਤੇ ਯੂਨਿਟੀ ਦੇ ਦਰਵਾਜ਼ੇ ਸਦਾ ਵਾਸਤੇ ਬੰਦ ਕੀਤੇ ਜਾਂਦੇ ਨੇ। ਬਹਿਸ ਕਿਹਨਾਂ ਬਿੰਦੂਆਂ 'ਤੇ ਕਰਨੀ ਹੈ ਉਹ ਤਾਂ ਦੱਸ ਦਈਏ। ਟੂ ਦਾ ਪੁਆਇੰਟ, ਵਿੱਚ ਜਿਹਨਾਂ ਬਿੰਦੂਆਂ 'ਤੇ ਬਹਿਸ ਹੋਵੇ ਕਿ ਉਹ ਪੁਆਇੰਟ ਟੂ ਪੁਆਇੰਟ ਤੋਂ ਦੱਸ ਦਈਏ। ਆਮ ਆਦਮੀ ਪਾਰਟੀ ਨੇ ਲੋਕ ਸਭਾ ਸੀਟਾਂ ਲਈ ਉਮੀਦਵਾਰ ਐਲਾਨੇ ਆ, 5 ਸੀਟਾਂ। ਸੰਗਰੂਰ ਲਈ ਭਗਵੰਤ ਮਾਨ ਅਤੇ ਫਰੀਦਕੋਟ ਲਈ ਪ੍ਰੋਫੈਸਰ ਸਾਧੂ ਸਿੰਘ ਮੁੜ ਤੋਂ ਉਮੀਦਵਾਰ ਹੈ ਕਿਉਂਕਿ ਇਹ ਸਿਟਿੰਗ MP ਹੈ। ਹੁਸ਼ਿਆਰਪੁਰ ਸ਼੍ਰੀ ਅਨੰਦਪੁਰ ਸਾਹਿਬ, ਅੰਮ੍ਰਿਤਸਰ ਲਈ ਵੀ ਉਮੀਦਵਾਰ ਐਲਾਨ ਦਿੱਤੇ ਗਏ ਆ। ਟਿਕਟਾਂ ਦੀ ਵੰਡ ਤੋਂ ਬਾਅਦ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਆਖਿਆ ਕਿ ਪਾਰਟੀ ਨੇ ਸੰਕੇਤ ਦਿੱਤਾ ਸਾਡੇ ਲਈ ਪਾਰਟੀ ਨੇ ਦਰਵਾਜ਼ੇ ਬੰਦ ਕਰ ਦਿੱਤੇ ਆ, ਪਰ ਅਸੀਂ 8 ਨਵੰਬਰ ਤੱਕ ਕਰਾਂਗੇ ਪਾਰਟੀ ਵੱਲੋਂ ਸੱਦੇ ਦਾ ਇੰਤਜ਼ਾਰ। ਨਾਲ ਇਹ ਵੀ ਕਿਹਾ ਗਿਆ ਟਿਕਟਾਂ ਦੇ ਐਲਾਨ ਵੇਲੇ ਵਿਧਾਇਕ ਬਲਜਿੰਦਰ ਕੌਰ ਨੇ ਕਿਹਾ ਸਾਡੇ ਵੱਲੋਂ ਖਹਿਰਾ ਨੂੰ ਵੈਲਕਮ, ਇਹ ਕੋਰ ਕਮੇਟੀ ਦੇ ਮੈਂਬਰ ਨੇ ਅਤੇ ਟਿਕਟਾਂ ਅਨਾਊਂਸ ਕਰਨ ਵੇਲੇ ਇਹ ਬੋਲ ਰਹੇ ਸਨ। ਖਹਿਰਾ ਜਿਹੜੀ ਪਾਰਟੀ ਜਾਂਦੇ ਨੇ ਉਸੇ ਹੀ ਪਾਰਟੀ ਦੇ ਖਿਲਾਫ ਹੋ ਜਾਂਦੇ ਨੇ, ਹਰਪਾਲ ਚੀਮਾ ਨੇ ਕਿਹਾ। ਅਤੇ ਸਿਆਸਤ ਕਹਿੰਦੀ ਕਿ ਆਮ ਆਦਮੀ ਪਾਰਟੀ ਦੀ ਸਿਰਫ ਪਹਿਲਾਂ ਉਹ ਸੁਣ ਲਈ। ਅਸੀਂ ਆਲਰੇਡੀ ਦੇਖੋ ਪਿਛਲੀ ਵਾਰ ਵੀ ਕਮੇਟੀਜ਼ ਬਣਾ ਕੇ ਜਿੰਨਾ ਪਾਰਟੀ ਤੋਂ ਬੈਸਟ ਹੋ ਰਿਹਾ ਉਹ ਅਸੀਂ ਕਰ ਰਹੇ ਸੀਗੇ, ਅਸੀਂ ਆਪਣੀ ਹਰ ਕੋਸ਼ਿਸ਼ 'ਤੇ ਲੱਗੇ ਹੋਏ ਸੀ। ਔਰ ਮੈਂ ਫਿਰ ਦੁਬਾਰਾ ਰਿਪੀਟ ਕਰਦਾ ਕਿ ਅੱਜ ਵੀ ਅਸੀਂ ਉਹਨਾਂ ਨੂੰ ਵੈਲਕਮ ਕਰ ਰਹੇ ਹਾਂ ਕਿ ਪਰ ਮੈਂ ਇਸ ਗੱਲ ਨੂੰ ਚੰਗਾ ਨਹੀਂ ਸਮਝਦੀ ਕਿਉਂਕਿ ਜਿੱਥੇ ਪੰਜਾਬ ਦੇ ਲੋਕਾਂ ਦੀ ਮੰਗ ਆ, ਜਿੱਥੇ ਸਾਰਿਆਂ ਦੀ ਮੰਗ ਆ, ਇਸ ਵੇਲੇ ਟਾਈਮ ਦੀ ਜਿਹੜੀ ਮੰਗ ਆ ਕਿ ਅਸੀਂ ਇਸ ਪਾਰਟੀ ਦੇ ਪ੍ਰੋਸੈਸ ਨੂੰ ਜਾਂ ਲੋਕਾਂ ਦੇ ਕੰਮ ਨੂੰ ਅਸੀਂ ਵਿਚਾਲੇ ਰੋਕੀਏ ਤਾਂ ਮੈਨੂੰ ਇਹ ਠੀਕ ਨਹੀਂ ਲੱਗਦਾ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਸਾਈਡਲਾਈਨ ਕੀਤਾ ਹੋਇਆ, ਦੇ ਆਰ ਆਲਵੇਜ਼ ਵੈਲਕਮ। 6-6.5 ਮਹੀਨੇ ਅੱਜ ਇਲੈਕਸ਼ਨਾਂ ਨੂੰ ਪਏ ਨੇ ਔਰ ਉਹਨਾਂ ਨੇ ਇੱਕ ਤਰਫਾ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਪੰਜਾਬ ਦੇ ਵਿੱਚ 5 ਐਲਾਨ ਕਰਕੇ ਸਾਨੂੰ ਵੀ ਸੰਕੇਤ ਇਹ ਦਿੱਤਾ ਵਾ, ਸੁਣਿਆ ਦਿੱਤਾ, ਅਸੀਂ ਸਮਝੀਏ ਨਾ ਸਮਝੀਏ, ਲੋਕ ਸਮਝਣ ਜਾਂ ਨਾ ਸਮਝਣ, ਸੁਣਿਆ ਉਹਨਾਂ ਨੇ ਸਾਨੂੰ ਇਹ ਦਿੱਤਾ ਵਾ ਕਿ ਅੱਜ ਤੋਂ ਬਾਅਦ ਤੁਹਾਡੇ ਵਾਸਤੇ ਯੂਨਿਟੀ ਦੇ ਦਰਵਾਜ਼ੇ ਸਦਾ ਵਾਸਤੇ ਬੰਦ ਕੀਤੇ ਜਾਂਦੇ ਨੇ। ਬਟ ਇਨ ਦ ਲਾਰਜਰ ਇੰਟਰਸਟ ਆਫ ਪੰਜਾਬ, ਪੰਜਾਬ ਦੇ ਵਡੇਰੇ ਹਿੱਤਾਂ ਦੇ ਵਾਸਤੇ ਅਸੀਂ 8 ਨਵੰਬਰ ਤੱਕ ਯੂਨਿਟੀ ਦੇ ਇਸ ਐਫਰਟਸ ਨੂੰ ਦੁਬਾਰਾ ਦਰਵਾਜ਼ਿਆਂ ਨੂੰ ਅਸੀਂ ਖੁੱਲ੍ਹਾ ਛੱਡਦੇ ਹਾਂ। ਔਰ ਜਿਹੜਾ ਇਹ ਕਿਹਾ ਜਾ ਰਿਹਾ ਕਿ 5 ਸੀਟਾਂ ਐਲਾਨ ਦਿੱਤੀਆਂ ਹਲੇ ਵੀ ਗੁੰਜਾਇਸ਼ ਹੈ, ਇਹ ਸਾਡੇ ਨਾਲ ਵੀ ਮਜ਼ਾਕ ਹੈ। ਕੋਰ ਕਮੇਟੀ ਕੀ ਸਬ ਕਮੇਟੀ ਬਣੀ ਹੋਈ ਹੈ, ਜੋ ਤਾਲਮੇਲ ਕਮੇਟੀ ਹੈ ਉਹ ਕੰਮ ਕਰ ਰਹੀ ਹੈ। ਖਹਿਰਾ ਸਾਹਿਬ ਕੋ ਪਤਾ ਨਹੀਂ ਬਾਰ ਬਾਰ ਕਿਉਂ ਹੋ ਰਿਹਾ ਹੈ, ਐਸਾ ਕਿਉਂ ਉਹ ਫੀਲ ਕਰ ਰਹੇ ਹੈ। ਜੇਕਰ ਉਹ ਆਮ ਆਦਮੀ ਪਾਰਟੀ ਮੇਂ ਕੰਮ ਕਰਨਾ ਚਾਹਤੇ ਤੋ ਕੰਮ ਕਰ ਲੇ। ਖਹਿਰਾ ਸਾਹਿਬ ਕਾ ਜੋ ਸਵਾਹ ਹੈ, ਜਿਸ ਵੀ ਪਾਰਟੀ ਮੇਂ ਜਾਤੇ ਹੈ, ਜਹਾਂ ਵੀ ਵੋ ਕੰਮ ਕਰਤੇ ਹੈ, ਉਨ ਲੋਗੋਂ ਕੇ ਖਿਲਾਫ ਵੋ ਥੋੜੇ ਦਿਨ ਬਾਅਦ ਉਨ ਲੋਗੋਂ ਕੇ ਖਿਲਾਫ ਹੋ ਜਾਤੇ ਹੈ, ਜੋ ਉਨਕੋ ਕਾਂਗਰਸ ਮੇਂ ਵੀ ਉਨ੍ਹੇ ਐਸਾ ਕੀਆ ਔਰ ਆਮ ਆਦਮੀ ਪਾਰਟੀ ਮੇਂ ਐਸੇ ਕਰ ਰਹੇ ਹੈ। ਆਮ ਆਦਮੀ ਪਾਰਟੀ ਜਲਦੀ ਹੀ ਉਨਕੀ ਕੋਰ ਕਮੇਟੀ ਜੋ ਹਮਾਰੀ ਵੋ ਫੈਸਲਾ ਲਗੀ ਹੈ ਕਿ ਖਹਿਰਾ ਸਾਹਿਬ ਕਾ ਕਿਆ ਕਰਨਾ। ਵੱਡਾ ਸਵਾਲ ਇੱਕੋ ਹੀ ਪੁੱਛਾਂਗੇ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ, ਆਮ ਆਦਮੀ ਪਾਰਟੀ ਲਈ ਖਹਿਰਾ ਧੜੇ ਦੇ ਨਵੇਂ ਅਲਟੀਮੇਟਮ ਦੇ ਕੀ ਨੇ ਅਰਥ? ਇਸ ਸਵਾਲ 'ਤੇ ਚਰਚਾ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਮਾਲਵਿੰਦਰ ਸਿੰਘ ਮਾਲੀ ਸੀਨੀਅਰ ਪੱਤਰਕਾਰ ਨੇ, ਮਾਲੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਲੰਬਾ ਤਜਰਬਾ ਹੈਗਾ ਇਹਨਾਂ ਨੂੰ, ਸਿੱਖ ਸਿਆਸਤ ਨੂੰ ਵੀ ਸਮਝਦੇ ਆ, ਪੰਥਕ ਸਿਆਸਤ ਨੂੰ ਸਮਝਦੇ ਆ, ਜਿਹੜੀ ਸਾਡੀ ਪਾਣੀ ਵਾਲੀ ਸਿਆਸਤ ਉਹਨੂੰ ਵੀ ਸਮਝਦੇ ਹੈਗੇ ਆ, ਪਰ ਹੁਣ ਪਾਣੀ 'ਚ ਲਕੀਰ ਹੈ ਉਹ ਵੱਜਦੀ ਨਜ਼ਰ ਆ ਰਹੀ ਹੈ, ਦਿਖਦੀ ਨਹੀਂ ਪਾਏਗੀ। ਮਾਲਵਿੰਦਰ ਸਿੰਘ ਮਾਲੀ ਤੁਹਾਡਾ ਬਹੁਤ ਸਵਾਗਤ ਹੈ। ਨਵਦੀਪ ਸੰਘਾ, ਤੁਹਾਡੇ ਲਈ ਡਿਬੇਟ ਔਖੀ ਹੋਵੇਗੀ ਕਿਉਂਕਿ ਸਾਰਾ ਕੁਝ ਤੁਹਾਡੇ 'ਤੇ ਕੇਂਦਰਿਤ ਹੈ। ਸੰਘਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਆਮ ਆਦਮੀ ਪਾਰਟੀ ਤੋਂ ਨੇ। ਚੰਦ ਸਿੰਘ ਬਰਾੜ, ਸ਼੍ਰੋਮਣੀ ਅਕਾਲੀ ਦਲ ਤੋਂ, ਉਹਨਾਂ ਨੇ ਆਉਣਾ ਸੀਗਾ, ਆਏ ਨਹੀਂ, ਕੁਰਸੀ ਖਾਲੀ ਪਈ ਆ, ਪਤਾ ਨਹੀਂ ਕਿਉਂ ਨਹੀਂ ਹੋਏਗੇ, ਕੁਰਸੀਆਂ ਖਾਲੀ ਇੱਧਰ ਵੀ ਹੋ ਜਾਣੀਆਂ ਆਮ ਆਦਮੀ ਪਾਰਟੀ 'ਚ। ਪ੍ਰੋਫੈਸਰ ਮਨਜੀਤ ਸਿੰਘ, ਸਵਰਾਜ ਪਾਰਟੀ ਤੋਂ ਨੇ, ਆਮ ਆਦਮੀ ਪਾਰਟੀ ਦੀ ਇਹ ਵੀ ਕੋਰ ਕਮੇਟੀ 'ਚ ਰਹੇ। ਪ੍ਰੋਫੈਸਰ ਮਨਜੀਤ ਸਿੰਘ, ਮੈਂ ਸਹੀ ਕਹਿ ਰਿਹਾ ਨਾ? ਕੋਰ ਕਮੇਟੀ 'ਚ ਰਹੇ ਹੋ ਨਾ ਤੁਸੀਂ, ਤੁਹਾਡਾ ਵੀ ਬਹੁਤ ਸਵਾਗਤ ਕਰਦੇ ਹਾਂ ਅਸੀਂ। ਸੰਘਾ ਸਾਹਿਬ, ਖਹਿਰਾ ਤੁਹਾਡੇ ਨੂੰ ਸਿੱਧਾ ਸਿੱਧਾ ਕਿਉਂ ਨਹੀਂ ਕਹਿੰਦੇ ਤੁਸੀਂ ਚਲੇ ਜਾਓ, ਇੱਕ ਵਾਰ ਤੁਸੀਂ ਵੈਲਕਮ ਕਰਦੇ ਹੋ, ਇੱਕ ਵਾਰ ਟਿਕਟਾਂ ਅਨਾਊਂਸ ਕਰੀ ਜਾਂਦੇ ਹੋ? ਦੇਖੋ ਕਿ ਤੁਸੀਂ ਆਪ ਦੁਬਿਧਾ 'ਚੋਂ ਨਹੀਂ, ਦੁਬਿਧਾ ਦੇ ਵਿੱਚ ਨਹੀਂ। ਕਿਹਨੂੰ ਦੁਬਿਧਾ, ਕਿਹਨੂੰ ਪਾ ਰਹੇ ਹੋ ਤੁਸੀਂ, ਸਾਨੂੰ ਕਿ ਲੋਕਾਂ ਨੂੰ? ਅਸੀਂ ਕਿਸੇ ਨੂੰ ਦੁਬਿਧਾ 'ਚ ਨਹੀਂ ਪਾ ਰਹੇ। ਦੇਖੋ, ਪੋਲੀਟੀਕਲ ਐਸਪੈਕਟਸ ਤੋਂ ਜੇ ਆਪਾਂ ਥੋੜ੍ਹਾ ਜਿਹਾ ਝਾਤ ਮਾਰੀਏ ਤਾਂ ਪੋਲੀਟੀਕਲ ਤੌਰ 'ਤੇ ਰਿਜੈਂਟਮੈਂਟਸ ਪਾਰਟੀ ਦੇ ਵਿੱਚ ਅਕਸਰ ਹੁੰਦੀਆਂ ਰਹਿੰਦੀਆਂ ਨੇ, ਧੜੇਬੰਦੀ ਵੀ ਹਰੇਕ ਪਾਰਟੀ ਦੇ ਵਿੱਚ ਹੁੰਦੀ ਹੈ। ਅੱਜ ਤੁਸੀਂ ਨਿਗਾਹ ਮਾਰੋ
ਪਿਛਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੇ ਜਦੋਂ ਪ੍ਰਤਾਪ ਸਿੰਘ ਕਾਂਗਰਸ ਦੀ ਗੱਲ ਨਾ ਕਰੋ ਨਹੀਂ ਦੇਖੋ ਦੇਖੋ ਕਾਂਗਰਸ ਦੀ ਇਤਨਾ ਸ਼ਰਮ ਵੀ ਕਰਦਾ ਮੈਂ ਤਾਂ ਸਰਵਾਵਾਂ ਦੀ ਪਾਰਟੀ ਦੀ ਗੱਲ ਕਰ ਰਿਹਾ ਆਮ ਆਦਮੀ ਪਾਰਟੀ ਜੇ ਤੁਸੀਂ ਕਹਿੰਦੇ ਹੋ ਤਾਂ ਤੁਹਾਡਾ ਬਾਗੀ ਧੜਾ ਸੀ ਉਹਨਾਂ ਨੂੰ ਸੱਦ ਲੈਣੇ ਆ ਨਹੀਂ ਬੁਲਾ ਲਓ ਤੁਸੀਂ ਪਰ ਗੱਲ ਜਿਹੜੀ ਤੁਹਾਡੀ ਪਾਰਟੀ ਕਹਿੰਦੀ ਹੈ ਸਟੂਡੀਓ ਦੇ ਵਿੱਚ ਨਾ ਬੁਲਾਇਆ ਕਰੋ ਸਾਡੇ ਬਾਗੀ ਧੜੇ ਨੂੰ ਨਹੀਂ ਨਹੀਂ ਤੁਸੀਂ ਆਪ ਦੀ ਗੱਲ ਕਰੋ ਕਾਂਗਰਸ ਅਕਾਲੀ ਦਲ ਦੀ ਗੱਲ ਕਾਂਗਰਸ ਅਕਾਲੀ ਦਲ ਦੀ ਗੱਲ ਨਾ ਕਰੋ ਨਾ ਤੁਹਾਡੇ ਮੈਂ ਤਾਂ ਤੁਹਾਡੇ ਤੋਂ ਸਵਾਲ ਕਰ ਰਿਹਾ ਚਲੋ ਚਲੋ ਕਾਂਗਰਸ ਜਾਂ ਅਕਾਲੀ ਦਲ ਦਾ ਨਾਂ ਨਹੀਂ ਲੈਂਦੇ ਆਪਾਂ ਪੋਲੀਟੀਕਲ ਨਾਂ ਤਾਂ ਲੈ ਸਕਦੇ ਨਾ ਪਾਰਟੀ ਦਾ ਲਓ ਤੁਸੀਂ ਪਾਰਟੀ ਬਾਰੇ ਦੱਸੋ ਤੁਸੀਂ ਦੁਬਦਾ ਚੋਂ ਆਪ ਨੋ ਕੋਈ ਦੁਬਦਾ ਚ ਨਹੀਂ ਆਪ ਦੀ ਪਾਰਟੀ ਬਾਰੇ ਜੇ ਦੱਸਣਾ ਕੇਪੀ ਸਾਹਿਬ ਕਿਸੇ ਦੀ ਐਗਜ਼ਾਮਪਲ ਤਾਂ ਚੱਕਣੀ ਪੈਂਦੀ ਹੁੰਦੀ ਹੈ ਨਾ ਐਗਜ਼ਾਮਪਲ ਦੇਣ ਦੀ ਕਿਉਂ ਲੋੜ ਪੈ ਰਹੀ ਤੁਹਾਨੂੰ ਤੁਹਾਡੀ ਪਾਰਟੀ ਕਹਿੰਦੀ ਸੀ ਐਗਜ਼ਾਮਪਲ ਬਦਲਣ ਆਇਆ ਸੀ ਅਸੀਂ ਸਿਆਸਤ ਬਦਲਣ ਆਇਆ ਅਸੀਂ ਸਿਆਸਤ ਹੀ ਇਹ ਸਿਆਸਤ ਅਸੀਂ ਕੇਪੀ ਸਾਹਿਬ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਕਿਸੇ ਹੋਰ ਪਾਰਟੀ ਧੜੇਬੰਦੀ ਨਹੀਂ ਹੁੰਦੀ ਮੈਂ ਇਹੀ ਗੱਲ ਉਸ ਪਾਰਟੀ ਡਿਬੇਟ ਕਰਦੇ ਰਹਿੰਦੇ ਅਸੀਂ ਕਿਉਂ ਨਹੀਂ ਕਰਦੇ ਅੱਜ ਤੁਹਾਡਾ ਸਵਾਲ ਆਇਆ ਤੁਹਾਨੂੰ ਜਵਾਬ ਦੇਣਾ ਪਊਗਾ ਮੈਂ ਜਵਾਬ ਹੀ ਦੇ ਰਿਹਾ ਜਾਂ ਤਾਂ ਜਵਾਬ ਲੈ ਲਓ ਜਾਂ ਪੰਜਾਬ ਦੇ ਵੀ ਐਮਐਲਏ ਦਿੱਤੇ ਆ ਦਿੱਤੇ ਆ ਮੈਂ ਜਵਾਬ ਹੀ ਦੇ ਰਿਹਾ ਜਵਾਬ ਹੀ ਦੇ ਰਿਹਾ ਸਾਡੀ ਪਾਰਟੀ ਦੇ ਵਿੱਚ ਪਹਿਲੀ ਗੱਲ ਤਾਂ ਕੋਈ ਬਾਗੀ ਨਹੀਂ ਬਾਗੀ ਤੁਸੀਂ ਬਣਾ ਰਹੇ ਹੋ ਬਾਗੀ ਅਸੀਂ ਨਹੀਂ ਬਣਾ ਰਹੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਸਾਨੂੰ ਰੁੱਸੇ ਨਾ ਕਹੋ ਸਾਨੂੰ ਬਾਗੀ ਕਹੋ ਇਹ ਮਤ ਤੁਸੀਂ ਆਪਦੇ ਲੀਡਰਾਂ ਦੀ ਗੱਲ ਸੁਣਦੇ ਹੋ ਰਿਜ਼ੈਂਟਮੈਂਟ ਹੁੰਦੀ ਪਾਰਟੀ ਦੀ ਆਈਡੀਓਲੋਜੀ ਡਿਫਰੈਂਸਸ ਹੁੰਦੇ ਆ ਤੁਸੀਂ ਗੱਲ ਨੂੰ ਸਮਝੋ ਜਦੋਂ ਮੈਂ ਫਿਰ ਤੁਸੀਂ ਗੱਲ ਕਹੋਗੇ ਵੀ ਤੁਸੀਂ ਫਿਰ ਕਾਂਗਰਸ ਤੇ ਲੈ ਜਾਂਦੇ ਆ ਪ੍ਰਤਾਪ ਬਾਜਵਾ ਪ੍ਰਧਾਨ ਬਣਾਏ ਸੀ ਕੈਪਟਨ ਅਮਰਿੰਦਰ ਸਿੰਘ ਆਪ ਦਾ ਕੰਮ ਕਰ ਰਹੇ ਇਹਦਾ ਮਤਲਬ ਤੁਹਾਡੀ ਪਾਰਟੀ ਦੇ ਕਾਂਗਰਸ ਤੇ ਅਕਾਲੀ ਦਲ ਚ ਕੋਈ ਫਰਕ ਨਹੀਂ ਹੈਗਾ ਨਾ ਦੇਖੋ ਤੁਸੀਂ ਇਹ ਕਹਿ ਤੁਸੀਂ ਇਹ ਕੀ ਗੱਲ ਤੁਸੀਂ ਅਜੇ ਤੇ ਐਡਮਿਟ ਕਰਦੇ ਹੋ ਨਾ ਨਦੀ ਸਿੰਘ ਅਜੇ ਤੁਸੀਂ ਐਡਮਿਟ ਕਰਦੇ ਹੋ ਕਿ ਸਾਡੀ ਪਾਰਟੀ ਬਾਕੀ ਪਾਰਟੀਆਂ ਵਾਂਗੂ ਚੱਲੂਗੀ ਮੈਂ ਤੁਹਾਡੇ ਤੋਂ ਸਵਾਲ ਹੀ ਨਹੀਂ ਕਰਦਾ ਕੇਪੀ ਜੀ ਲੈਟ ਮੀ ਸਪੀਕ ਯਾਰ ਗੱਲ ਤਾਂ ਸੁਣੋ ਹਾਂ ਬੋਲੋ ਜਿਹੜੀ ਪੋਲੀਟੀਕਲ ਐਸਪੈਕਟਸ ਤੋਂ ਹੈ ਰਾਜਨੀਤੀ ਰਣਨੀਤੀ ਉਹ ਸਾਰੇ ਸਿਸਟਮ ਦੀ ਇੱਕੋ ਜੀ ਹੁੰਦੀ ਹੈ ਦੂਜੀ ਗੱਲ ਜਿਹੜੀ ਤੁਸੀਂ ਗੱਲ ਯਾਨੀ ਕਿ ਆਮ ਆਦਮੀ ਪਾਰਟੀ ਮੰਨਦੀ ਹੈ ਅਸੀਂ ਬਾਕੀ ਪਾਰਟੀਆਂ ਵਰਗੇ ਹਾਂ ਦੇਖੋ ਪਾਰਟੀ ਸਾਡਾ ਜਿਹੜਾ ਮੇਨ ਮੁੱਦਾ ਕਰਪਸ਼ਨ ਦੇ ਖਿਲਾਫ ਔਰ ਦੂਸਰੀ ਗੱਲ ਹੈਗੀ ਆ ਜਿਹੜਾ ਪੁਰਾਣਾ ਸਿਸਟਮ ਚੱਲ ਰਿਹਾ ਉਹਦੇ ਖਿਲਾਫ ਸਾਡੇ ਬੰਦੇ ਉਵੇਂ ਲੜਾਈ ਲੜ ਰਹੇ ਪੁਰਾਣਾ ਸਿਸਟਮ ਦੇ ਖਿਲਾਫ ਸਿਸਟਮ ਤਾਂ ਉਹੀ ਚੱਲ ਰਿਹਾ ਤੁਹਾਡੀ ਪਾਰਟੀ ਚ ਸਾਡੀ ਪਾਰਟੀ ਰੌਲਾ ਪਾਉਂਦੀ ਹੈ ਨਾ ਜਿੱਥੇ ਕਿਤੇ ਰੌਲਾ ਪੈਂਦਾ ਜਿੱਥੇ ਕਿਤੇ ਕਰਪਸ਼ਨ ਤੁਸੀਂ ਮੈਨੂੰ ਦੱਸੋ ਜਿਹੜੇ ਕਹਿੰਦੇ ਤੁਹਾਡੀ ਪਾਰਟੀ ਕਹਿੰਦੀ ਸੁਖਪਾਲ ਸਿੰਘ ਖਹਿਰਾ ਦਾ ਸੁਭਾਅ ਜਿੱਥੇ ਜਾਂਦੇ ਉੱਥੇ ਲੜ ਪੈਂਦੇ ਆ ਦੇਖੋ ਇਹ ਹਰੇਕ ਬੰਦੇ ਦੀ ਪਰਸਨੈਲਿਟੀ ਕਲੈਸ਼ ਹੁੰਦਾ ਕਿਸੇ ਦੇ ਡਿਫਰੈਂਸਸ ਕਿਵੇਂ ਹੁੰਦੇ ਕਿਸੇ ਦੇ ਕਿਵੇਂ ਹੁੰਦੇ ਕੇਪੀ ਸਾਹਿਬ ਇਹ ਹਰੇਕ ਘਰ ਦੇ ਵਿੱਚ ਵੀ ਲੜਾਈ ਹੁੰਦੀ ਆ ਤੁਸੀਂ ਪਰਿਵਾਰ ਚੱਕ ਕੇ ਵੇਖ ਲਓ ਤੁਹਾਡੇ ਪਰਿਵਾਰ ਚੋਂ ਕਿਸੇ ਤਰ੍ਹਾਂ ਦੀ ਹੋਊ ਮੇਰੇ ਚੋਂ ਕਿਸੇ ਤਰ੍ਹਾਂ ਦੀ ਹੋਊ ਇਹਨਾਂ ਦੇ ਕਿਸੇ ਤਰ੍ਹਾਂ ਦੀ ਹੋਊਗੀ ਇਹ ਹੁੰਦੀ ਰਹਿੰਦੀ ਆ ਪਰ ਤੁਸੀਂ ਜੇ ਤਾਂ ਇਸ ਗੱਲ ਨੂੰ ਆਪਾਂ ਡੀਰੇਲ ਕਰਨਾ ਦੈਟ ਇਜ਼ ਡਿਫਰੈਂਟ ਥਿੰਗ ਪਰ ਪ੍ਰੋਬਲਮ ਕੀ ਹੈਗੀ ਆ ਇੱਥੇ ਕਿਤੇ ਨਾ ਕਿਤੇ ਕੋਈ ਪਰਸਨੈਲਿਟੀ ਕਲੈਸ਼ ਹੁੰਦਾ ਕਿਤੇ ਨਾ ਕਿਤੇ ਆਈਡੀਓਲੋਜੀਕਲ ਪਰਸਨੈਲਿਟੀ ਕਲੈਸ਼ ਕਿਤੇ ਚ ਸੁਖਪਾਲ ਸਿੰਘ ਖਹਿਰਾ ਤੇ ਭਗਵੰਤ ਮਾਨ ਦਾ ਦੇਖੋ ਸੁਖਪਾਲ ਸਿੰਘ ਖਹਿਰਾ ਤੇ ਅਰਵਿੰਦ ਕੇਜਰੀਵਾਲ ਇਹਦੇ ਚ ਵੀ ਮੈਂ ਦੱਸ ਦਿੰਦਾ ਤੁਹਾਨੂੰ ਇੱਕ ਤਰ੍ਹਾਂ ਜੇ ਆਪਾਂ ਵੇਖਿਆ ਜਾਵੇ ਪੋਲੀਟੀਕਲੀ ਸੁਖਪਾਲ ਸਿੰਘ ਜਿਹੜੇ ਖਹਿਰਾ ਨੇ ਉਹ ਪੁਰਾਣੇ ਹੈਗੇ ਨੇ ਪੋਲੀਟੀਕਲ ਬੰਦੇ ਨੇ ਪੋਲੀਟੀਕਲ ਪਰਸਨੈਲਿਟੀ ਹੈ ਪਾਰਟੀ ਨਵੀਂ ਹੈ ਪਾਰਟੀ ਦੇ ਤੌਰ ਤੇ ਰਾਜਨੀਤਿਕ ਤੌਰ ਤੇ ਉਹ ਸੀਨੀਅਰ ਨੇ ਪਰ ਪਾਰਟੀ ਦੇ ਵਿੱਚ ਜੇ ਵੇਖਿਆ ਜਾਵੇ ਤਾਂ ਉਹ ਭਗਵੰਤ ਮਾਨ ਤੋਂ ਵੀ ਬਾਅਦ ਆਏ ਨੇ ਮੀਤ ਹੇਰ ਤੋਂ ਵੀ ਬਾਅਦ ਆਏ ਨੇ ਜਿਹੜੀ ਕੋਰ ਕਮੇਟੀ ਆ ਉਹਦੇ ਚੋਂ ਵੀ ਉਹ ਬਾਅਦ 'ਚ ਆਏ ਨੇ ਉਹਨਾਂ ਨੇ ਬਾਅਦ 'ਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਕਲੈਸ਼ ਹੋਣੇ ਸੁਭਾਵਕ ਹੁੰਦੇ ਆ ਚਲੋ ਠੀਕ ਜਿਹੜੇ ਪਸਾਉਂਗਾ ਤੁਹਾਡੇ ਕੋਲ ਬਹੁਤ ਵਕਤ ਦਿੱਤਾ ਤੁਹਾਨੂੰ ਰਸਮਨਜੀਤ ਸਿੰਘ ਹਾਂਜੀ ਕੋਰ ਕਮੇਟੀ ਜੋ ਚਾਹੁੰਦੀ ਹੈ ਮੈਂਬਰ ਤੁਸੀਂ ਬੜੀ ਸਕਰੀਨਿੰਗ ਕਰਦੇ ਸੀਗੇ ਤੁਸੀਂ ਕੋਰ ਕਮੇਟੀ ਵਿੱਚ ਸੀਗੇ ਤੇ ਇੱਦਾਂ ਹੀ ਚਾਹੁੰਦੀ ਹੈ ਚਿਹਰਾ ਇੱਦਾਂ ਚਿਹਰੇ ਇੱਦਾਂ ਹੀ ਆਉਂਦੇ ਆ ਕਿ ਸੁਖਪਾਲ ਸਿੰਘ ਖਹਿਰਾ ਨੂੰ ਕੋਈ ਵੱਖਰੇ ਇਤਰਾਜ਼ ਆ ਨਹੀਂ ਦੇਖੋ ਪੰਜ ਮੈਂਬਰ ਅਨਾਊਂਸ ਕਰਤੇ ਉਹਨਾਂ ਨੇ ਕੀ ਗਲਤੀ ਕਰਤੀ ਦੇਖੋ ਅਸਲ 'ਚ ਜਿਹੜੀ ਇਹ ਯੂਨਿਟੀ ਦੀ ਮੂਵ ਹੈ ਜਿਹੜੀ ਅਸੀਂ ਅਤੇ ਮੈਂ ਖੁਦ ਬੜਾ ਲਗਾਤਾਰ ਕਈ ਚੈਨਲ 'ਤੇ ਜਾ ਕੇ ਕਿਹਾ ਕਿ ਇਹਨਾਂ ਨੂੰ ਅਲੱਗ ਨਹੀਂ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਵਕਤ ਦੇ ਤਕਾਜ਼ੇ ਦੀ ਵੀ ਲੋੜ ਹੈਗੀ ਹੈ ਪਰ ਜਿਸ ਢੰਗ ਨਾਲ ਇਹ ਅਲੱਗ ਹੋ ਗਏ ਜੋ ਇਹਨਾਂ ਨੇ ਇਨੀਸ਼ੀਅਲ ਪਲਾਏ ਲਿਆ ਸੀ ਖਹਿਰੇ ਹੋਣਾ ਨੇ ਉਹ ਕੋਈ ਬਹੁਤਾ ਗਲਤ ਨਹੀਂ ਸੀ ਵੀ ਸਾਡੀ ਦਿੱਲੀ ਦੀ ਇੰਟਰਫੀਰੈਂਸ ਘਟੇ ਸਾਨੂੰ ਥੋੜ੍ਹੀ ਆਟੋਨਮੀ ਮਿਲੇ ਅਸੀਂ ਆਪਣੇ ਕੈਂਡੀਡੇਟ ਆਪਣੀਆਂ ਬਹੁਤੇ ਫੈਸਲੇ ਆਪ ਕਰ ਸਕੀਏ ਪਰ ਨਾਲ ਹੀ ਜਿਹੜਾ ਉੱਥੇ ਇੱਕ 6 ਰੈਜ਼ੋਲਿਊਸ਼ਨ ਪਾ ਕੇ ਬਠਿੰਡੇ ਦੇ ਵਿੱਚ ਅਤੇ ਦਰਵਾਜ਼ੇ ਬੰਦ ਪਹਿਲਾਂ ਇਹਨਾਂ ਵੱਲੋਂ ਕੀਤੇ ਗਏ ਸੁਖਪਾਲ ਸਿੰਘ ਖਹਿਰਾ ਨੇ ਦਰਵਾਜ਼ੇ ਬਿਲਕੁਲ ਬੰਦ ਕੀਤੇ ਗਏ ਤੁਸੀਂ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਦਾ ਕਲੀਅਰ ਹੋ ਗਿਆ ਤੁਸੀਂ ਸੁਖਪਾਲ ਸਿੰਘ ਖਹਿਰਾ ਤੁਹਾਡੇ ਨਾਲ ਨਹੀਂ ਜਾਊਂਗੇ ਸਵਰਾਜ ਪਾਰਟੀ ਨਹੀਂ ਜਾਊਗੀ ਮੈਂ ਕਿਸੇ ਦੇ ਨਾਲ ਨਹੀਂ ਜਾਣਾ ਨਾ ਮੇਰਾ ਕੋਈ ਇੰਟੈਂਸ਼ਨ ਹੈ ਚਲੋ ਵਾਪਸ ਆਉਂਗਾ ਤੁਹਾਡੇ ਕੋਲ ਮੈਂ ਮਾਲੀ ਦੀ ਇੱਕ ਟਿੱਪਣੀ ਲੈ ਲਵਾਂ ਫਿਰ ਬ੍ਰੇਕ ਲਈ ਫਿਰ ਵਾਪਸ ਆਉਂਗਾ ਤੁਹਾਡੇ ਕੋਲ ਮਾਲ ਸਿੰਘ ਮਾਲੀ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਦੀ ਲੜਾਈ ਨਹੀਂ ਜੀ ਬਿਲਕੁਲ ਨਹੀਂ ਆਮ ਆਦਮੀ ਪਾਰਟੀ ਦੇ ਵਿੱਚ ਵਿਚਾਰਧਾਰਕ ਲੜਾਈ ਆ ਸਿਆਸੀ ਲੜਾਈ ਆ ਪਰ ਤੁਸੀਂ ਇਹ ਵੇਖੋ ਵੀ ਜਦੋਂ ਤੋਂ ਇਸ ਪਾਰਟੀ ਦੇ ਵਿੱਚ ਕੇਜਰੀਵਾਲ ਸਾਹਿਬ ਕੋਲ ਸੱਤਾ ਆਈ ਆ ਸੱਤਾ ਆਉਣ ਤੋਂ ਬਾਅਦ ਉਹਨਾਂ ਨੇ ਇਹ ਐਲਾਨ ਕਰਤਾ ਵੀ ਜੋ ਮੈਂ ਕਹੂੰ ਜੋ ਮੇਰੀ ਸੋਚ ਨੀਤੀ ਆ ਉਹ 'ਤੇ ਕੋਈ ਇਤਰਾਜ਼ ਨਹੀਂ ਉਠਾ ਸਕਦਾ
इस करके मैं तो उस दिन तक कहता रहा हाँ भी खैरे नू पार्टी च इसने रहन नहीं देना ते ना उहदे नाल मुलाकात करनी इहने कदे, पर इहने इह साबित करना भी मेरी पार्टी च कोई मतभेद नहीं। जग नू जाहरा भी सारी पार्टी दे विच किहड़े किहड़े मसले ते मतभेद ने, इह उहना मतभेदां नू बिल्कुल दबा के भी कोई रौला नहीं जी, गुस्से गिले ने रोसे ने, परिवार आ पार्टी कदे परिवार नहीं हुंदी, परिवार दे विच सत्ता दा इक केंद्र हुंदा, उहनां नू उहदे अधीन कम करना पैंदा। इत्थे पार्टी दे विच स्टेट दे होर अधिकार ने, सूबियां दे होर अधिकार ने, वध घट अधिकार होणगे वक्खरी गल आ। सो इस करके इह सियासी लड़ाई आ, पंजाब दे हितां खातर लड़ाई आ, पंजाब दे पाणियां खातर पोजिशन आ उहदे खातर भी लड़ाई आ, जिहदे खातर अज भी केजरीवाल बैठा की बोल रहे। मैं एक छोटा ब्रेक ले लवां, एक छोटा ब्रेक लवेंगे, ब्रेक तो वापस आवेंगे। सुखपाल सिंह खरा किन्ने अल्टीमेटम देंगे, क्योंकि इन्होंने अल्टीमेटम पहली बार नहीं दिता, अल्टीमेटम इस तो पहला भी दिता सीगा। असी सवाल एक ही पूछ रहे, ब्रेक तो वापस आके पूछांगे आम आदमी पार्टी च बागियों लई की बूहे बंद हो गए। आप लई खैरा धड़े के नवे अल्टीमेटम के की ने अर्थ? प्रेस मनजीत सिंह, इस सवाल का जवाब दे सकते हो तुसीं? खैरा धड़ा अल्टीमेटम दे रहे हैं, अर्थ की है कि आम आदमी पार्टी लई जां सुखपाल सिंह खैरा दे लई? नहीं, अल्टीमेटम जिहड़ा इह कह रहे हैं कि साडे लई दरवाजे बंद, इहदा अल्टीमेटम जां कोई तुसीं होर अल्टीमेटम की गल कर? मैं उस अल्टीमेटम की गल कर रहा जिहड़ा एक तरीक वाला अल्टीमेटम सीगा। मैं उस अल्टीमेटम की भी गल कर रहा जिहड़ा बरगाड़ी मोर्चे वाले भी अल्टीमेटम दिता गया सीगा, वह भी उन्होंने खारिज कर दिता। नहीं, बिल्कुल ठीक हैगा आ के पी सिंह, मेरा ख्याल हैगा कि देखो जिहड़ी ते इन्हां दी, मैं फिर उत्थे गल शुरू करदा जिथे तुसीं कट दित्ती सीगी, इह पॉइंट इन्हां ने जिहड़े भी रेज़ कीते सीगे उह बिल्कुल वाजिब सीगे, पर जिस ढंग नाल ये सारे पॉइंट अगे उत्थे ब्लॉक करता होर करता, फिर इन्होंने अपने आप नूं ये डिक्लेयर करता, परसों चौथे जे खबर आ गई कि मैं प्रधान आ, एक फ्रंट बन जा रहा, उहदे च गांधी जी होणगे, उहदे च बैंस ब्रदर होणगे, और इन्हां नूं याद होना चाहिए कि जे इहो जिहियां गल्लां तुसी एक पासे यूनिटी हो रही है तो तुसी दूजे पासे ये कहोगे कि वीर दविंदर हुणी दा नां तां नहीं दिया, पर वह भी आउणगे ही जे जगमीत बराड़ हुणी आ रहे हैं, तो यह सारी एक वड्डा फ्रंट बन जा रहा। फिर तुसी पीएसी अपनी पैरलल बना ली तुसी, है ना, 12 मैंबर की ना 16 मैंबर की, इस तरीके नाल तुसी सारे यूनिट पहले पार्टी के भंग करके पैरलल यूनिट बनाउण लग गए। मैनू लगता कि जो खैरा साहब निकले बाहर तो उन्होंने जो बठिंडे वाला कट्ठ देखा तो उन्होंने लगा पार्टी हुण साडी आ, ये पार्टी तो एवें हैगी हुण। सवाल उदण ही सारे रेड़ के जिहड़े के पी सिंह पै गए सीगे। मैनू ऐ लगता केजरीवाल साहब लई तुहाडा सॉफ्ट कॉर्नर आ। बिल्कुल यह गल नहीं, मैं कह रहा कि केजरीवाल साहब गलत है कि ठीक है। सवाल यह सी कि जे ये कट्ठे रहिंदे तो यही खैरा इस मूवमेंट नूं वड्डे पद्धर ते लीड करदा, पर क्योंकि हुण अलग हो गया, MLA आम आदमी पार्टी दे हैगे आ, आम आदमी पार्टी कोल चोण निशान हैगा झाड़ू वाला, उन्होंने अपने 5 कैंडीडेट अनाउंस करते आ, हुण ये बंदे की करन ते कित्थे जाण। सवाल यह कि तुसीं जदों पॉलिटिक्स खेडदे आ तां तुहानूं करैक्ट कार्ड जिहड़े आ खोलणे भी नालों नाल आउणे चाहीदे आ, ना कि तुसीं सीना ताण के तुरे फिरो, पर तुसी एक्चुअली जिहड़ी पॉलिटिक्स प्ले करनी आ ओह तुसी कहना चाह रहे हो सुखपाल सिंह खैरा ने रोंग मूव कीता। मैं मैनू लगता है कि जिस ढंग नाल इन्हां ने अनफोल्ड अपने आप नूं कीता ओह इन्हां नूं महंगा पिया। ठीक है, मालवा सिंह माली साहब, 5 कैंडीडेट जिहड़े अनाउंस कीते आ, सुखपाल सिंह खैरा गल कह रहे आ कि जमानता जब्त हो जाणगीआं, सुखपाल सिंह खैरा नूं इन्नी फिकर क्यों, जमानता जब्त होण दिओ? नहीं, जो पार्टी ना रहना ही नहीं, जो आप कह रहे दरवाजा बंद हो रहा साडे लई। देखो जी, ये जिहड़े अल्टीमेटम ने गल्लां ने इह आ पॉलिटिक्स आ, पॉलिटिक्स की पेंतड़ेबाजी आ। आपां इह गल देखी आ कि हुण तक विधानसभा दीआं चोणां तों बाद आम आदमी पार्टी की परफॉर्मेंस की रही आ, 1900 वोटां तक उह आ गए, ते ब्लाक समिति दीआं चोणां होईआं ने, ते सिचुएशन अज इह आ वी किसे इक पिंड दे विच आम आदमी पार्टी का सरपंच नहीं बन सकता जिन्हां कोल कानूनी ताकत आ। हुण इह लड़ाई की आ, लड़ाई इह आ वी लोकां दे विच करेज हैगा खैरे दा, खैरे नूं लोकां ने दित्ता रिस्पोंस, कानूनी ताकत आ जिहड़ी सारी उह हैगी आ दूजे धड़े दे कोले। इह इक इह टकरा, देखो खैरे दीआं गल्लां जिहड़ियां जिहड़ियां उहनां नाल किसे दे मतभेद होण, पर उहदे आधार ते लग्गियां खबरां नूं जे आपां आधार बणावांगे उह खबरां सही नहीं हुंदियां। खैरे ने जो मनजीत सिंह कह रहे ने इह कहा भी असीं 20 विधायक इकट्ठे होईए, 20 विधायक इकट्ठे हो के फिर असीं गांधी फलाना इकट्ठे हो के फ्रंट बणाईए तां जिहड़ा बदले उभर सकदा, आम आदमी पार्टी पहलां इकट्ठी होवे। सो एकता की जिहड़ी मूव भी सी उह सब नूं साफ दिस रहा सी भी एकता की मूव आ जिहड़ी उह भी एक प्लैनिंग तहत की जा रही आ, एक दूजे नूं पैंतड़े तों किवें उखेड़ना। खैर होरी नहीं उखड़े, इहनां कोले आखिरी हथियार आ जिहड़ा ब्रह्मअस्त्र चलाया ना जी हुण, भी ना तां इह पार्टी तों अड्ड हो सकदे आ, इही आम आदमी पार्टी आ जिहड़ी रौला पाउंदी सी कोठे चढ़ चढ़,
ਵੀ ਅਸੀਂ ਹਾਈ ਕਮਾਂਡ ਕਲਚਰ ਖਤਮ ਕਰ ਦੇਣਾ, ਅਸੀਂ ਪਾਰਟੀ ਦੇ ਅੰਦਰ ਜਮਹੂਰੀਅਤ ਲਿਆਉਣੀ ਆ, ਇੱਥੇ ਆਹਾ ਕੁਛ ਹੋਊਗਾ। ਉਹੀ ਪਾਰਟੀ ਆ ਜਿਹੜੀ ਹੁਣ ਐਂਟੀ ਡਿਫੈਕਸ਼ਨ ਲਾ ਦਾ ਡੰਡਾ ਫੜ ਕੇ ਸਿਆਸੀ ਵਿਰੋਧੀਆਂ ਨੂੰ ਮਾਰ ਰਹੀ ਆ, ਕੁੱਟ ਰਹੀ ਆ, ਸਿਆਸਤ ਨਾਲ ਲੜਨ ਦੀ ਥਾਂ ਕਾਨੂੰਨੀ ਤਾਕਤ ਨਾਲ ਲੜ ਰਹੀ ਆ। ਸੋ ਇਹ ਟਕਰਾਅ ਦੋਹਾਂ ਦੇ ਵਿੱਚ ਕੀ ਨਿਬੜਦਾ, ਇਹ ਆਉਣ ਵਾਲੇ ਸਮੇਂ 'ਚ ਸਾਫ਼ ਹੋ ਜੂ। ਮੈਂ ਨਹੀਂ ਕਹਿੰਦਾ ਜ਼ਮਾਨਤਾਂ ਜ਼ਬਤ ਹੋਣਗੀਆਂ, ਪਰ ਜੋ ਹਾਲਾਤ ਨੇ ਉਹ ਜਿੱਤਣ ਦੇ ਕੋਈ ਅਸਾਰ ਨਹੀਂ, ਜੇ ਮੈਂ ਕਹਿ ਸਕਦਾ। ਨਵੀਂ ਸੰਗਾ, ਆਮ ਆਦਮੀ ਪਾਰਟੀ ਦੇ ਲਈ ਔਖੀ ਘੜੀ ਆ, ਪਹਿਲਾਂ ਵੀ ਔਖੀ ਘੜੀ ਆਈ, ਹੁਣ ਫਿਰ ਔਖੀ ਘੜੀ ਆਈ ਆ, ਪੰਜਾਬ ਵਿੱਚ ਆਈ ਆ। ਨਵਜੀਤ ਸੰਘਾ, ਤੁਸੀਂ ਸੁਖਪਾਲ ਸਿੰਘ ਖਹਿਰਾ ਹਰਾਂ ਦੇ ਧੜੇ ਨੂੰ ਬਾਹਰ ਕਿਉਂ ਨਹੀਂ ਕੱਢ ਦਿੰਦੇ ਕਿ ਵਿਰੋਧੀ ਧਿਰ ਦਾ ਨੇਤਾ ਵੀ ਚਲਾ ਜਾਊਗਾ? ਮੈਂ ਥੋੜ੍ਹੇ ਸਮਝਣਾ ਚਾਹੁੰਦਾ, ਮੈਨੂੰ ਐਕਚੁਅਲੀ ਸਮਝ ਘੱਟ ਹੈ ਨਾ। ਨਹੀਂ ਸਮਝ ਤਾਂ ਨਹੀਂ, ਦੇਖੋ ਇਹੀ ਗੱਲ ਮੈਂ ਫੇਰ ਕਹਾਂ, ਕਿਤੇ ਨਾ ਕਿਤੇ ਪਾਰਟੀ ਦੀ ਐਗਜ਼ਾਮਪਲ ਚੱਕਣੀ ਪੈ ਜਾਂਦੀ ਹੈ। ਸ਼ਤਰੂਘਨ ਸਿਨਹਾ, ਯਸ਼ਵੰਤ ਸਿਨਹਾ ਸਾਡੀਆਂ ਸਟੇਜਾਂ ਸਾਂਝੀਆਂ ਕਰੀ ਜਾਂਦੇ, ਬੀਜੇਪੀ ਨੇ ਬਾਹਰ ਨਹੀਂ ਕੱਢਤੇ ਹੈ। ਇਹ ਪਤਾ ਕੀ ਹੈ, ਕਈ ਵਾਰੀ ਸਮਾਂ ਹੁੰਦਾ ਹਰੇਕ ਚੀਜ਼ ਦਾ। ਅਸੀਂ ਹਜੇ ਵੀ ਚਾਹੁੰਦੇ ਹਾਂ ਸੁਖਪਾਲ ਖਹਿਰਾ ਜੀ ਆਉਣ, ਵੈਲਕਮ ਨਾ, ਅਸੀਂ ਉਹਨਾਂ ਨੂੰ ਬਾਗੀ ਕਹਿੰਦੇ ਹਾਂ ਜੇ ਉਹ ਬਾਗੀ ਆਪਦੇ ਆਪ ਨੂੰ ਕਹਾਉਣਾ ਚਾਹੁੰਦੇ ਆ। ਦੂਜੀ ਗੱਲ, ਸਭ ਤੋਂ ਵੱਡੀ ਗੱਲ ਹੈ, ਪੋਲੀਟੀਕਲੀ ਉਹ ਵੱਡੀ ਪਰਸਨੈਲਿਟੀ ਵੀ ਹੈਗੇ ਆ, ਸਾਰੇ ਜਿਹੜੇ ਬੰਦੇ ਹੈਗੇ ਇਹਨਾਂ ਦੇ ਵਿੱਚ ਪੁਰਾਣੇ ਨੇ, ਔਰ ਉਹ ਜਿਹੜਾ ਹੈਗਾ ਉਹ ਪੋਲੀਟੀਕਲ ਮਤਲਬ ਕਿ ਮਾਈਲੇਜ ਲੈਣਾ ਵੀ ਜਾਣਦੇ ਨੇ, ਸਾਰਾ ਕੁਛ ਉਹਨਾਂ ਦੇ, ਉਹਨਾਂ ਨੂੰ ਟੈਕਨੀਕ ਵੀ ਬਿਹਤਰ ਜਾਣਦੇ ਨੇ। ਜਿੱਥੋਂ ਤੱਕ ਗੱਲ ਆਉਂਦੀ ਹੈ ਕਿ ਪਸੰਦ ਨਹੀਂ ਤੁਹਾਨੂੰ, ਪਸੰਦ ਨਹੀਂ, ਜਿੱਥੇ ਮੈਂ ਪਹਿਲਾਂ ਕਹਿ ਕੇ ਹਟਿਆ, ਇਹੀ ਚੀਜ਼ ਦਾ ਕਿਤੇ ਨਾ ਕਿਤੇ ਕਲੈਸ਼ ਹੋ ਜਾਂਦਾ। ਇਹ ਚੀਜ਼ਾਂ ਜਿਹੜੀਆਂ ਖਤਮ ਹੋਣੀਆਂ, ਕਿਹਨੂੰ ਨਹੀਂ ਪਸੰਦ ਹੈ ਪਾਰਟੀ 'ਚ, ਕਿਸੇ ਨੂੰ ਹੋਊਗਾ ਨਾ ਪਸੰਦ ਨਹੀਂ? ਸੁਖਪਾਲ ਸਿੰਘ ਖਹਿਰਾ ਵੱਡਾ ਚਿਹਰਾ ਕਿਉਂ ਬਣ ਗਿਆ? ਦੇਖੋ ਸੁਖਪਾਲ ਸਿੰਘ ਖਹਿਰਾ ਦੇ ਪਿੱਛੇ ਮੋਬ ਕਿਉਂ ਆ ਗਈ? ਦੇਖੋ ਇਹਦੇ 'ਚ ਕੋਈ ਤਾਂ ਹੋਊਗਾ ਨਾ, ਇਹਦੇ 'ਚ ਕੇਪੀ ਸਿੰਘ ਜੀ ਗੱਲ ਇਹੀ ਹੁੰਦੀ ਹੈ, ਕਈ ਵਲੰਟੀਅਰਸ ਸਾਡੇ ਤੋਂ ਨਾਰਾਜ਼ ਹੁੰਦੇ ਆ, ਮੈਂ ਵੀ ਲੇਟ ਆਇਆ ਪਾਰਟੀ ਦੇ ਵਿੱਚ, ਉਹ ਕਹਿੰਦੇ ਯਾਰ ਇਹ ਕੱਲ੍ਹ ਆਏ ਆ ਸਾਡੇ ਤੋਂ ਅੱਗੇ ਜਾਂਦੇ ਆ, ਇਸ ਤਰ੍ਹਾਂ ਕਰਕੇ। ਕਾਰਨ ਕੀ ਹੈ, ਇੱਕ ਮੂਵਮੈਂਟ 'ਚੋਂ ਪਾਰਟੀ ਬਣੀ ਹੈ, ਇੱਕ ਮੂਵਮੈਂਟ ਚੱਲੀ ਸੀ, ਮੂਵਮੈਂਟ ਤੋਂ ਪੋਲੀਟੀਕਲ ਪਾਰਟੀ ਇੱਕ ਬਣ ਗਈ, ਪੋਲੀਟੀਕਲ ਪਲੇਟਫਾਰਮ ਬਣ ਗਿਆ। ਉਹਦੇ ਕਾਰਨ ਕਈ ਬੰਦੇ ਜਿਹੜੇ ਅੰਦੋਲਨ ਦਾ ਹਿੱਸਾ ਬਣੇ ਸੀਗੇ, ਉਹ ਬੰਦਿਆਂ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਹੈਗੀ ਹੈ। ਸੋ ਜਿਹੜੇ ਸੁਖਪਾਲ ਸਿੰਘ ਖਹਿਰਾ ਨੇ ਪੋਲੀਟੀਕਲੀ ਬੇਸ਼ੱਕ ਉਹ ਪੁਰਾਣੇ ਨੇ, ਪਰ ਪਾਰਟੀ ਦੇ ਵਿੱਚ ਬਹੁਤਿਆਂ ਤੋਂ ਨਵੇਂ ਨੇ ਔਰ ਬਹੁਤਿਆਂ ਤੋਂ ਬਾਅਦ ਆਏ ਹੋਏ ਨੇ। ਸੋ ਜਿਹੜੀ ਵਿਰੋਧੀ, ਦੇਖੋ ਵਿਰੋਧੀ ਧਿਰ ਦਾ ਆਗੂ ਲੱਗਣਾ, ਇਹ ਲਾ ਕੇ ਕੋਈ ਅਸੀਂ ਗੁਨਾਹ ਤਾਂ ਨਹੀਂ ਕੀਤਾ ਹੈਗਾ, ਅਸੀਂ ਉਹਨਾਂ ਨੂੰ ਮਤਲਬ ਕਿ ਰਿਸਪੈਕਟ ਦਿੱਤੀ ਸੀ ਪਹਿਲਾਂ, ਉਸ ਤੋਂ ਪਹਿਲਾਂ ਫੂਲਕਾ ਸਾਹਿਬ ਨੂੰ ਲਾਇਆ ਸੀਗਾ, ਫੂਲਕਾ ਸਾਹਿਬ ਦੇ ਆਪਦੇ ਰਜੇਵੇਂ ਸੀ, ਉਸ ਤੋਂ ਬਾਅਦ ਅਸੀਂ ਵੇਖਿਆ ਭਗਵੰਤ ਮਾਨ ਨੇ, ਉਹ ਤਾਂ ਬਣ ਨਹੀਂ ਸੀ ਸਕਦੇ। ਫਿਰ ਸੁਖਪਾਲ ਸਿੰਘ ਖਹਿਰਾ ਮੱਚ ਐਕਸਪੀਰੀਅੰਸਡ ਪਰਸਨ ਸੀਗੇ, ਔਰ ਜਿਹੜੀ ਦੂਜੀ ਗੱਲ ਕਹਿੰਦੇ ਕਿ ਵੀ ਇਹਨਾਂ ਨੂੰ ਲਾਉਣ ਵਾਲੀ ਹੈ, ਲਾਉਣ ਵਾਲੀ ਗੱਲ 'ਤੇ ਵੀ ਸਾਰਿਆਂ ਦੇ ਜਿਹੜੇ ਹੈਗੇ ਆ ਸਾਈਨ ਲਏ ਗਏ ਆ, ਔਰ ਜੋ ਨੋਰਮਸ ਹੈਗੇ ਉਹ ਫੋਲੋ ਕੀਤੇ ਗਏ ਆ, ਫਿਰ ਉਤਾਰਿਆ ਗਿਆ, ਕੋਈ ਇਹਦੇ 'ਚ ਮਤਲਬ ਕਿ ਉਹ ਬਟਨ ਵਾਲਾ ਕੰਮ ਨਹੀਂ ਕੀਤਾ ਗਿਆ ਹੈਗਾ। ਕਈ ਗੱਲਾਂ ਦੇ ਵਿੱਚ ਨਾ ਕਮਿਊਨੀਕੇਸ਼ਨ ਗੈਪ ਹੈ, ਕਈਆਂ ਦੀ ਮਤਲਬ ਕਿ ਜੋ ਲੋਕਾਂ ਤੱਕ ਹੋਰ ਤਰ੍ਹਾਂ ਪਹੁੰਚੀਆਂ। ਦੂਸਰੀ ਗੱਲ ਜਿਹੜੀ ਮੈਂ ਕਹੀ ਹੈ, ਬਈ ਬੇਸਿਕਲੀ ਇਹਨਾਂ ਨੇ ਉਦੋਂ ਮਾਲਵਾ ਰੀਜਨ ਚੁਣਿਆ, ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਜੋ ਆਧਾਰ ਸੀ ਉਸ ਚੀਜ਼ ਨੂੰ ਕੈਸ਼ ਕੀਤੀ। ਬਠਿੰਡੇ ਦੇ ਵਿੱਚ ਪ੍ਰੋਫੈਸਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਵੀ ਬਹੁਤ ਵੱਡਾ ਇਕੱਠ ਹੋ ਗਿਆ, ਅਤੇ ਉਹਦੇ ਤੋਂ ਲੱਗਿਆ ਬਈ ਇਹ ਸਾਰੀ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਮਤਲਬ ਕਿ ਉਹਨਾਂ ਦੇ ਮੁਤਾਬਕ ਚੱਲੂਗੀ, ਔਰ ਜੋ ਰੈਜ਼ੋਲੂਸ਼ਨਸ ਸੀਗੇ ਠੀਕ ਹੈ, ਪੋਲੀਟੀਕਲ ਅਫੇਅਰ ਕਮੇਟੀ ਪੰਜਾਬ ਦੀ ਚਾਹੀਦੀ ਹੈ, ਪੰਜਾਬ ਦੇ ਮਸਲੇ ਪੰਜਾਬ 'ਚ ਡਿਸਕਸ ਹੋਣੇ ਚਾਹੀਦੇ, ਅਸੀਂ ਪੋਲੀਟੀਕਲ ਅਫੇਅਰ ਕਮੇਟੀ ਦੇ ਵਿੱਚ ਵੀ ਪੰਜਾਬ ਦੇ ਬੰਦੇ ਲਏ, ਉਹਨਾਂ ਪੰਜਾਬ ਦੇ ਮੈਂਬਰ ਪਾਏ, ਔਰ ਪੈਰਲਲ ਇਹਨਾਂ ਨੇ ਉਦੋਂ ਬਾਅਦ ਹੀ PAC ਅਨਾਊਂਸ ਕਰਤੀ ਜਲਦਬਾਜ਼ੀ ਦੇ ਵਿੱਚ, ਜਿਸ ਦਿਨ ਇਹਨਾਂ ਦਾ ਮਤਲਬ ਕਿ LOP ਵਾਲਾ ਹੋਇਆ ਉਸ ਤੋਂ ਬਾਅਦ ਹੀ 2 ਅਗਸਤ ਦੀ ਉਹ ਰੈਲੀ ਰੱਖ ਕੇ। ਸੰਘਾ ਸਾਹਿਬ ਚਲੋ ਠੀਕ ਹੈ, ਸਭ ਕੁਝ ਹੋ ਗਿਆ ਉਹ, ਜਦੋਂ ਤੁਸੀਂ ਇੱਥੇ ਉਹਨਾਂ ਨਾਲ ਮੀਟਿੰਗ ਕਰਦੇ ਪਏ ਹੋ, ਦੋਨੋਂ ਤੁਹਾਡੇ ਆਪਸ ਮਿਲਦੇ ਪਏ ਆ, ਤੁਸੀਂ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦੇ ਪਏ ਹੋ? ਦੇਖੋ ਅਸੀਂ ਉਸ ਦਿਨ ਵੀ ਜਿੱਦਣ ਵੀ ਅਸੀਂ ਮੀਟਿੰਗ ਕੀਤੀ ਸੀ ਉਸ ਦਿਨ ਵੀ ਸੁਖਪਾਲ ਸਿੰਘ ਖਹਿਰਾ ਜੀ ਨੂੰ ਇਨਵਾਈਟ ਕੀਤਾ ਸੀ, ਪਰ ਉਹ ਆਏ ਨਹੀਂ, ਕਮਰ ਸੰਧੂ ਜੀ ਆਏ। ਦੇਖੋ KP ਸਿੰਘ ਜੀ, ਜਿਹੜੀ ਗੱਲ ਮੈਂ ਤੁਹਾਨੂੰ ਡਾਇਰੈਕਟ ਕਹਿਣੀ ਆ ਜਾਂ ਮਨਜੀਤ ਸਿੰਘ ਜੀ ਦੇ ਥਰੂ ਤੁਹਾਡੇ ਕੋਲ ਪਹੁੰਚਣੀ, ਕਿਤੇ ਨਾ ਕਿਤੇ ਕੋਈ ਗੈਪ ਰਹਿ ਜਾਂਦਾ। ਮੈਨੂੰ ਨਹੀਂ ਸਮਝ ਵੀ ਇਹ ਜਿਹੜੀ ਮਤਲਬ ਕਿ ਡਾਇਰੈਕਟ ਜਿਹੜੀ ਹੈਗੀ ਆ ਉਹ ਕਿਉਂ ਨਹੀਂ ਆਏਗੇ ਜਾਂ ਕਿਉਂ ਬੈਠਣਾ ਨਹੀਂ ਚਾਹੁੰਦੇ? ਅਸੀਂ ਸੁਖਪਾਲ ਸਿੰਘ ਖਹਿਰਾ ਬਣਾਉਣਾ, ਤੁਸੀਂ ਪਤਾ ਨਹੀਂ ਗੋਲਮੋਲ ਕਿਉਂ ਕਰ ਰਹੇ, ਕਿਉਂ ਗੋਲਮੋਲ ਕਰ ਰਹੇ? ਮੈਂ ਤੁਹਾਨੂੰ ਸਵਾਲ ਬੜਾ ਸਿੰਪਲ ਕੀਤਾ ਸੀ, ਤੁਹਾਡੀ ਮੀਟਿੰਗ ਚੱਲ ਰਹੀ ਹੈ, ਤੁਸੀਂ ਜਥੇਬੰਦ ਢਾਂਚੇ ਦਾ ਵਿਸਤਾਰ ਨਹੀਂ, ਜਥੇਬੰਦਕ ਢਾਂਚਾ ਉਹ ਕਹਿ ਰਹੇ ਆ ਵੀ ਜੇ ਤੁਸੀਂ ਸਾਨੂੰ ਆਪਦਾ ਸਮਝਦੇ ਨਹੀਂਗੇ, ਸਾਨੂੰ ਤੁਸੀਂ ਕਿਸੇ ਵਿੰਗ ਵਿੱਚ ਸ਼ਾਮਲ ਹੀ ਨਹੀਂ ਕਰਦੇ ਪਏ, ਅਸੀਂ ਕਿਉਂ ਤੁਹਾਡੇ ਨਾਲ ਤੁਰੀਏ? ਦੂਸਰੀ ਗੱਲ ਇਹ ਹੈ, ਜਥੇਬੰਦਕ ਢਾਂਚੇ ਜਿਹੜੇ ਫਿਕਸ ਨਹੀਂ ਹੁੰਦੇਗੇ, ਇਹ ਆਰਗੇਨਾਈਜੇਸ਼ਨਲ ਸਿਸਟਮ ਹੈ, ਜੇ ਕੋਈ ਕੰਮ ਕਰੂਗਾ ਤਾਂ ਠੀਕ ਹੈ, ਜਿਹੜੇ ਹੁਣ ਲਾਏ ਆ ਜੇ ਸੁਖਪਾਲ ਸਿੰਘ ਖਹਿਰਾ ਹੋਣਾ ਦੇ ਮੁਤਾਬਕ ਤੇ ਸਾਰੀ ਪਾਰਟੀ ਦੇ ਮੁਤਾਬਕ ਕੰਮ ਕਰਨਗੇ, ਠੀਕ ਹੈ, ਨਹੀਂ ਬਦਲੇ ਜਾਣਗੇ? ਜੇਕਰ ਕੋਈ ਇਲੈਕਟਰ ਬੋਡੀ ਹੈ, ਇਹ ਸਿੱਧਾ ਜਿਹਾ ਮਸਲਾ ਹੈ, ਜਿੱਦ ਹੈਗੀ ਹੈ, ਇਸ ਜਿੱਦ ਦੇ ਵਿੱਚ ਨੁਕਸਾਨ ਹੋਣਾ ਹੀ ਹੋਣਾ। ਨਹੀਂ ਜਿੱਦ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਬੱਚਿਆਂ ਵਾਲੀਆਂ ਗੱਲਾਂ ਨਹੀਂ ਹੈ। ਮੈਂ ਤਾਂ ਇਹ ਗੱਲ ਕਹਿੰਦਾ ਕਿ ਜਿਸ ਤਰ੍ਹਾਂ ਇਹ ਮੂਵ ਸੀ ਜਿਹੜਾ ਏਜੰਡਾ ਲਿਆ ਸੀਗਾ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਦੋਂ ਇਹ ਬਣਿਆ ਸੀ, ਜਿਹੜਾ ਤੁਸੀਂ ਸਵਾਲ ਕੀਤਾ ਸੀ, ਜਿਹੜਾ ਇਹਨਾਂ ਨੇ ਜਵਾਬ ਨਹੀਂ ਦਿੱਤਾ, ਉਹ
ਆਪਣਾ ਬਿਲਕੁਲ ਮੇਰਾ ਖਿਆਲ ਉਦੋਂ ਜਿਹੜੀ ਸਾਰੀ ਪੋਲੀਟਿਕਸ ਆ ਉਦੋਂ ਸਾਰੀ ਜਿਹੜੀ ਲੀਡਰਸ਼ਿਪ ਆ ਉਸਨੂੰ ਕੰਸੋਲੀਡੇਟ ਕਰਨਾ ਹੋਰ ਸਾਰਾ ਕਰਨਾ ਉਹਨੂੰ ਕਰਨਾ ਚਾਹੀਦਾ ਸੀਗਾ ਜਿੱਥੇ ਵੀ ਕਿਤੇ ਨਾ ਕਿਤੇ ਪਾਰਟੀ ਨੇ ਜਿਵੇਂ ਕੀਤਾ ਉਹ 'ਚ ਤਾਂ ਕੋਈ ਦੋ ਰਾਏ ਨਹੀਂ ਕਿਉਂਕਿ ਜਿਹੜੇ ਕੇਜਰੀਵਾਲ ਮੌਕਾ ਤਾੜ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਤੋਂ ਮੁਕਤੀ ਪਾਉਣਾ ਚਾਹੁੰਦਾ ਇਸ 'ਚ ਕੋਈ ਦੋ ਰਾਏ ਨਹੀਂ ਉਹਨੂੰ ਨਹੀਂ ਇਹੋ ਜਿਹੇ ਮਨਜ਼ੂਰ ਲੀਡਰ ਕੋਈ ਵੀ ਜਿਹੜੇ ਰੀਜਨ ਦੇ ਵਿੱਚ ਆਪਣੀ ਲੀਡਰਸ਼ਿਪ ਆਪ ਚਮਕਾਉਣ ਜਾਂ ਆਪ ਤਕੜੇ ਤੌਰ 'ਤੇ ਮਜ਼ਬੂਤ ਤੌਰ 'ਤੇ ਉੱਭਰਨ ਔਰ ਜਿਹਦੇ ਜਿਹੜੀ ਉੱਥੇ ਜਾ ਕੇ ਜੀ ਹਜ਼ੂਰੀ ਦਿੱਲੀ 'ਚ ਨਹੀਂ ਕਰਨ ਕੇਜਰੀਵਾਲ ਬਿਲਕੁਲ ਬਿਲਕੁਲ ਪਾਰਟੀ ਵਿੱਚ ਕੋਈ ਵੱਡਾ ਚਿਹਰਾ ਨਹੀਂ ਚਾਹੀਦਾ ਅਰਵਿੰਦ ਕੇਜਰੀਵਾਲ ਤੋਂ ਬਿਲਕੁਲ ਨਹੀਂ ਚਾਹੀਦਾ ਅਤੇ ਸੁਖਪਾਲ ਸਿੰਘ ਖਰੜਾ ਵੱਡਾ ਚਿਹਰਾ ਹੋ ਗਿਆ ਸੀ ਇਹ ਮੇਰਾ ਖਿਆਲ ਹੈ ਕਿ ਉਸਨੂੰ ਘੱਟੋ ਘੱਟ ਅਸੀਂ ਹੁਣ ਕਿਹੜੇ ਚਿਹਰੇ ਸੀ ਉਹਨੂੰ ਤਾਂ ਸਾਡੇ ਵਰਗੇ ਬੰਦੇ ਵੀ ਥਰੈਟ ਮਹਿਸੂਸ ਕਰਦੇ ਲੱਗਦੇ ਸੀਗੇ ਗਾਂਧੀ ਜੀ ਨੂੰ ਕਿਉਂ ਸਸਪੈਂਡ ਕੀਤਾ ਉਹਨਾਂ ਨੇ ਕੋਈ ਮਾੜਾ ਕੰਮ ਥੋੜ੍ਹੀ ਕੀਤਾ ਸੀ ਇਸੇ ਕਰਕੇ ਕਿਉਂਕਿ ਜਿਹੜੇ ਬੰਦੇ ਜੀ ਹਜ਼ੂਰੀਏ ਨਹੀਂ ਹੈ ਪੂਛ ਨਹੀਂ ਹਿਲਾਉਂਦੇ ਜਾ ਕੇ ਦਿੱਲੀ ਦੀ ਹਾਜ਼ਰੀ ਨਹੀਂ ਭਰਦੇ ਉੱਥੇ ਜਿਹੜੀ ਪਾਰਟੀ ਖੜੀ ਹੈ ਜੀ ਹਜ਼ੂਰੀ ਕਰਦੀ ਸਾਰੀ ਜਿਹੜੀ ਹੁਣ ਪਾਰਟੀ ਖੜੀ ਹੈ ਕਿਹੜੀ ਜਿਹੜੀ ਪਾਰਟੀ ਖੜੀ ਹੋਈ ਆ 12 ਐਮ ਐਲ ਏ ਖੜੇ ਹੋਏ ਆ ਹੋਰ ਇਹਨਾਂ ਲੀਡਰ ਖੜੇ ਆ ਉਹ ਜੀ ਹਜ਼ੂਰੀ ਵਾਲੇ ਦੇਖੋ ਮੇਰੇ ਲਈ ਮੈਨੂੰ ਬੜਾ ਔਖਾ ਹੈ ਕਹਿਣਾ ਵੈਸੇ ਕਿਸੇ ਦੇ ਬਿਹਾਫ ਦੇ ਉੱਤੇ ਪਰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਲੱਗਦਾ ਇਹਨਾਂ ਤੋਂ ਖਤਰਾ ਕੋਈ ਨਹੀਂ ਖਤਰਾ ਕੋਈ ਨਹੀਂ ਅੱਛਾ ਇੱਕ ਹੋਰ ਛੋਟਾ ਬ੍ਰੇਕ ਲਿਆ ਬ੍ਰੇਕ ਤੋਂ ਵਾਪਸ ਆਵਾਂਗੇ ਖਤਰਾ ਕਿਸ ਤੋਂ ਕਿਸ ਨੂੰ ਹੈਗਾ ਆਪ ਵਿੱਚ ਬਾਕੀਆਂ ਲਈ ਬੂਹੇ ਬੰਦ ਹੋ ਕੇ ਆ ਸੰਕੇਤ ਦਿੱਤੇ ਜਾ ਰਹੇ ਆ ਪਰ ਸੰਕੇਤ ਦੇ ਵਿਚਾਲੇ ਸਿਆਸਤ ਕਿਹੜੇ ਵੇਲੇ ਪਲਟੀ ਮਾਰ ਜੇ ਕੋਈ ਨਹੀਂ ਕੁਛ ਕਹਿ ਸਕਦਾ ਗਾ ਇਹ ਸਿਆਸਤ ਪਲਟੀ ਵੀ ਮਾਰ ਸਕਦੀ ਹੈ ਇੱਕ ਦੂਜੇ ਨੂੰ ਡਰਾਵੇ ਤਾਂ ਦਿੱਤੇ ਜਾ ਰਹੇ ਇਹਨਾਂ ਡਰਾਮੇ ਦੇ ਵਿੱਚੋਂ ਕੁਛ ਨਿਕਲ ਸਕਦਾ ਬ੍ਰੇਕ ਤੋਂ ਵਾਪਸ ਆਵਾਂਗੇ ਵਾਪਸ ਆ ਕੇ ਸਵਾਲ ਕਰਾਂਗੇ ਇਹਨਾਂ ਡਰਾਵਿਆਂ ਦੇ ਵਿੱਚੋਂ ਪੰਜਾਬ ਦੇ ਵਿੱਚ ਕੋਈ ਨਵੀਂ ਪਾਰਟੀ ਤਾਂ ਨਿਕਲ ਕੇ ਆ ਰਹੀ ਬ੍ਰੇਕ ਤੋਂ ਵਾਪਸ ਆ ਰਹੇ ਆਪਣੇ ਆਮ ਆਦਮੀ ਪਾਰਟੀ ਲਈ ਖਹਿਰਾ ਤੁਹਾਡੇ ਦੇ ਨਵੇਂ ਅਲਟੀਮੇਟਮ ਦੇ ਕੀ ਨੇ ਅਰਥ ਮਾਲੀ ਸਾਹਿਬ ਇਹਦੇ ਅਰਥ ਕੀ ਹੈ ਸਵਾਲ ਹੈ ਬੜਾ ਪੰਜਾਬ ਪੁੱਛਦਾ ਪਿਆ ਪੰਜਾਬ ਵਿੱਚ ਕਹਿੰਦੇ ਹਜੇ ਸਪੇਸ ਹੈਗੀ ਹੈ ਇੱਕ ਜਿਹੜਾ ਖਲਾਅ ਪੈਦਾ ਹੋਇਆ ਤੀਜੀ ਧਿਰ ਵਾਲਾ ਉਹ ਸਪੇਸ ਹੈਗੀ ਆ ਆਮ ਆਦਮੀ ਪਾਰਟੀ ਨੂੰ 20 MLA ਮਿਲੇ 2 LIP ਨੂੰ ਮਿਲੇ ਉਸ ਦੇ ਬਾਵਜੂਦ ਇੱਕ ਸਪੇਸ ਪਈ ਹੈ ਜਦੋਂ ਕਿ ਇਹ ਸਾਰੀ ਆਮ ਆਦਮੀ ਪਾਰਟੀ 'ਚ ਜਿਹੜਾ ਰੱਫੜ ਪਿਆ ਉਸ ਤੋਂ ਬਾਅਦ ਜਗ੍ਹਾ ਖਾਲੀ ਹੈ ਇਸ ਜਗ੍ਹਾ ਨੂੰ ਭਰਨ ਲਈ ਕਿਹੜਾ ਲੀਡਰ ਅੱਗੇ ਆ ਰਿਹਾ ਦੇਖੋ ਜੀ ਲੀਡਰ ਕਿਹੜਾ ਅੱਗੇ ਆ ਰਿਹਾ ਇਹ ਤਾਂ ਸੈਕੰਡਰੀ ਕੁਐਸਚਨ ਆ ਸਭ ਤੋਂ ਪਹਿਲਾ ਕੁਐਸਚਨ ਇਹ ਆ ਵੀ ਕਿਸੇ ਕੋਲ ਬਦਲਵੀਂ ਸਿਆਸਤ ਹੈਗੀ ਆ ਕੀ ਕਿਸੇ ਕੋਲ ਪੰਜਾਬ ਪੱਖੀ ਜਾਂ ਪੰਜਾਬ ਦੇ ਵਿੱਚ ਧਰਮ ਘੱਟ ਗਿਣਤੀ ਜਿਹੜੀ ਸਿੱਖ ਮਿਨੋਰਟੀ ਰਹਿੰਦੀ ਆ ਉਹਦੇ ਪੱਖੀ ਜਾਂ ਪੰਜਾਬ ਦੇ ਮਸਲਿਆਂ ਬਾਰੇ ਕਿਸੇ ਕੋਲ ਕੋਈ ਨਵੀਂ ਅਪਰੋਚ ਹੈਗੀ ਆ ਜਾਂ ਪਾਰਟੀ ਦੇ ਅੰਦਰਲੀ ਜਮਹੂਰੀਅਤ ਬਾਰੇ ਕਿਸੇ ਕੋਲ ਨਵੀਂ ਅਪਰੋਚ ਹੈਗੀ ਆ ਮੈਂ ਥੋੜ੍ਹਾ ਐਡ ਆਨ ਕਰਦਾ ਮਾਲੀ ਸਾਹਿਬ ਜੀ ਸੁਖਪਾਲ ਸਿੰਘ ਖਹਿਰਾ ਨੇ ਜਦੋਂ ਆਪਣੀ ਸਿਆਸਤ ਪਲਟੀ ਹੈ ਉਸ ਸਿਆਸਤ ਦੇ ਵਿੱਚੋਂ ਪੰਜਾਬ ਦੇ ਮੁੱਦੇ ਪੰਜਾਬ ਦੀ ਖੁਦਮੁਖਤਿਆਰੀ ਪੰਥਕ ਏਜੰਡਾ ਉਹ ਸਭ ਕੁਝ ਲਿਆਂਦਾ ਜਾ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਦੇ ਵਿੱਚ ਇੰਨੀ ਕੁਵਤ ਹੈਗੀ ਦੇਖੋ ਇੱਕ ਗੱਲ ਤਾਂ ਤੁਹਾਡੇ ਸਾਹਮਣੇ ਆ ਜੋ ਸੁਖਪਾਲ ਸਿੰਘ ਖਹਿਰੇ ਨੇ ਸਿਆਸੀ ਪੈਂਤੜਾ ਉਭਾਰਿਆ ਪੰਜਾਬ ਦੇ ਲੋਕਾਂ ਨੇ ਉਹਨੂੰ ਹੰਗਾਰਾ ਦਿੱਤਾ ਇਹ ਤੱਥ ਆ ਇਹ ਤੋਂ ਕੋਈ ਮੁੱਕ ਨਹੀਂ ਜਾਵੇ ਆਪਾਂ ਕਹਿ ਨਹੀਂ ਸਕਦੇ ਦੂਜੇ ਪਾਸੇ ਬਾਦਲ ਦੇ ਪੈਰ ਨਹੀਂ ਲੱਗ ਰਹੇ ਅਮਰਿੰਦਰ ਦੀ ਲਗਾਤਾਰ ਘਟਦੀ ਜਾ ਰਹੀ ਹੈ ਸਿਆਸੀ ਬੁਕਤ ਪਰ ਹੁਣ ਇਹਦੇ ਖਾਤਰ ਸਮੱਸਿਆ ਇਹ ਆ ਨਾ ਜੀ ਵੀ ਉਹ ਅਸਤੀਫਾ ਦੇਣ ਜੇ ਅਸਤੀਫਾ ਦਿੰਦੇ ਆ ਫਿਰ ਸਿਆਸੀ ਲੜਾਈ ਬਹੁਤ ਪਿੱਛੇ ਚਲੀ ਜਾਂਦੀ ਹੈ ਬਿਨਾਂ ਅਸਤੀਫਾ ਦਿੱਤੇ ਨਾ ਉਹ ਨਵੀਂ ਪਾਰਟੀ ਬਣਾ ਸਕਦੇ ਆ ਨਾ ਨਵਾਂ ਫਰੰਟ ਜੁਆਇਨ ਕਰ ਸਕਦੇ ਆ ਹੋ ਸਕਦਾ ਉਹ ਕਾਨੂੰਨੀ ਕੋਈ ਹੋਰ ਰਾਹ ਕੱਢ ਲੈਣ ਜਿਵੇਂ ਗਾਂਧੀ ਨੇ ਵੀ ਕੱਢਿਆ 4 ਸਾਲ ਹੋ ਗਏ ਤੁਸੀਂ ਕੈਂਪੀ ਨੂੰ ਸਸਪੈਂਡ ਕੀਤਾ ਹੋਇਆ ਤੁਸੀਂ ਨਾ ਉਹਨੂੰ ਬਹਾਲ ਕਰਦੇ ਹੋ ਨਾ ਅੰਦਰ ਲੈਂਦੇ ਹੋ ਤੁਸੀਂ ਇਸ ਹੱਦ ਤੱਕ ਆਪਣੀ ਮਨ ਮਰਜ਼ੀ ਚਲਾ ਰਹੇ ਹੋ ਵੀ ਜਦੋਂ ਮਰਜ਼ੀ ਜਿਹੜੀ ਚੀਜ਼ ਤੁਸੀਂ ਕਰ ਲਓ ਉਹੀ ਸਹੀ ਆ ਤੁਸੀਂ ਪੰਜਾਬ ਦੇ ਵਿੱਚ ਕੋਈ ਸੰਵਿਧਾਨ ਨਹੀਂ ਆਪਦਾ ਲਾਗੂ ਕੀਤਾ ਕੋਈ ਅਸੂਲ ਨਹੀਂ ਲਾਗੂ ਕੀਤਾ ਕੋਈ ਇੱਕ ਮਸਲਾ ਮੈਨੂੰ ਦੱਸ ਦੇਣ ਵੀ ਆਮ ਆਦਮੀ ਪਾਰਟੀ ਕਹਿ ਕੇ ਜਿਹੜੀ ਤੁਰੀ ਸੀ ਉਹਦੇ ਅਨੁਸਾਰ ਪੰਜਾਬ ਦਾ ਮਸਲਾ ਹੱਲ ਕੀਤਾ ਕੋਰ ਕਮੇਟੀ ਕਿੱਥੇ ਸੀ ਸੰਵਿਧਾਨ 'ਚ ਮੈਨੂੰ ਇਹ ਦੱਸੋ ਇਹਨਾਂ ਨੇ ਨਾ ਪੰਜਾਬ ਵਾਲਿਆਂ ਨੇ ਆਮ ਆਦਮੀ ਪਾਰਟੀ ਦਾ ਸੰਵਿਧਾਨ ਨਹੀਂ ਪੜਿਆ ਮੈਂ 100% ਪੱਕ ਕਹਿਣਾ ਭਗਵੰਤ ਮਾਨ ਕਹਿੰਦਾ ਸੀ PAC ਤਾਂ ਹੈ ਹੀ ਨਹੀਂ ਜੀ ਸੂਬੇ ਦੇ ਵਿੱਚ PAC ਹੈ ਸੂਬੇ ਖਾਤਰ ਕੋਰ ਕਮੇਟੀ ਹੈ ਨਹੀਂ ਜਿਹੜੀ ਇਹਨਾਂ ਨੇ ਬਣਾਈ ਹੈ ਜੇ ਇਹਨਾਂ ਨੇ ਉਹਨੂੰ ਨਾਲ ਲੈਣਾ ਹੁੰਦਾ ਤਾਂ ਕੋਰ ਕਮੇਟੀ 'ਚ ਘੱਟ ਤੋਂ ਘੱਟ ਇਹ ਆਪਣੇ ਵੱਲੋਂ 20 MLA ਲੈਂਦੇ ਵੀ ਆ 20 MLA ਦੀ ਕੋਰ ਕਮੇਟੀ ਆ ਇਹ ਫੈਸਲੇ ਕਰੋ ਇੱਕ ਹਾਂ ਪੱਖੀ ਜੈਸਚਰ ਜਾਣਾ ਸੀ ਨਾ ਜੀ ਉਹਨਾਂ ਨੂੰ ਤੁਸੀਂ ਆਊਟ ਕਰਕੇ ਆਪਣੇ ਉਹ ਬਣਾ ਰਹੇ ਹੋ ਭਗਵੰਤ ਮਾਨ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ 1 ਘੰਟਾ ਪਹਿਲਾਂ ਉਹਨੇ 3 ਨਵੇਂ ਅਹੁਦੇ ਐਲਾਨ ਤੇ ਮੈਂ ਫੇਸਬੁੱਕ 'ਤੇ ਉਹਦੇ ਪਾਇਆ ਕਿ ਏਕਤਾ ਖਾਤਰ ਬੂਹੇ ਬੰਦ ਹੋ ਗਏ ਸ਼ਾਮ ਨੂੰ 11 ਹੋਰ ਐਲਾਨ ਤੇ ਜਦੋਂ ਤੁਸੀਂ ਜਥੇਬੰਦਕ ਢਾਂਚਾ ਬਣਾਈ ਜਾਂਦੇ ਹੋ ਤੁਸੀਂ ਕਹਿੰਦੇ ਹੋ ਆ ਜਾਓ ਉਸੇ ਤਨਖਾਹ ਤੇ ਕੀ ਵੀ ਉਦੋਂ ਵੀ ਇਹਦਾ ਕੰਮ ਕਰਨਾ ਤਾਂ ਆ ਜਾਓ ਗੱਲ ਗੁੱਲ ਤੁਹਾਡੀ ਕੋਈ ਨਹੀਂ ਮੰਨੀ ਜਾਣੀ ਯਾਨੀ ਕਿ ਤੁਸੀਂ ਮਾਲੀ ਸਾਹਿਬ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਲੀਲ ਕੀਤਾ ਜਾ ਰਿਹਾ ਬਿਲਕੁਲ ਮਿੱਥ ਕੇ ਜਲੀਲ ਕੀਤਾ ਜਾ ਰਿਹਾ ਪਰ ਪੰਜਾਬੀ ਆ ਜਿਹੜੇ ਦਿੱਲੀ ਨੇ ਜਿਹੜੇ ਪੰਜਾਬੀ ਨੂੰ ਜਲੀਲ ਕੀਤਾ ਜਿਹੜਾ ਅੜਿਆ ਉਹਦੇ ਨਾਲ ਖੜੇ ਨੇ ਬਾਕੀ ਜਿਹੜਾ ਪਿੱਛੇ ਹਟ ਗਿਆ ਉਹ ਅੱਡ ਗੱਲ ਆ ਪੰਜਾਬੀ ਨੇ ਜਿਹੜੇ ਜਿਹੜੀ ਦਿੱਲੀ ਦੀ ਜਲਾਲਤ ਆ ਨਾ ਜਿਹੜਾ ਇਹਨਾਂ ਦਾ ਮਤਲਬ ਧਾੜਵੀਆਂ ਵਾਲਾ ਕਰੈਕਟਰ ਆ ਪੰਜਾਬ ਨੂੰ ਆਪਦੀ ਮੁੱਠੀ 'ਚ ਰੱਖ ਕੇ ਚਲਾਉਣ ਦਾ ਪੰਜਾਬ ਆ ਜਿਹੜਾ ਇਹਨਾਂ ਖਾਤਰ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਆ ਕੇਜਰੀਵਾਲ ਹੱਥ 'ਚੋਂ ਨਹੀਂ ਜਾਣ ਦੇਣਾ ਚਾਹੁੰਦਾ ਪਰ ਮਾਲੀ ਸਾਹਿਬ ਇੱਕ ਸਵਾਲ ਇਹ ਵੀ ਹੈਗਾ ਸੁਖਪਾਲ ਸਿੰਘ ਖਹਿਰਾ ਨੂੰ ਜਦੋਂ ਵਿਰੋਧੀ ਤੇ ਦਾਗੂ ਲਾਇਆ ਜਾਂਦਾ ਉਹ ਵੀ ਦਿੱਲੀ ਵਾਲਿਆਂ ਵੱਲੋਂ ਲਾਇਆ ਜਾਂਦਾ
ਤੁਸੀਂ ਜਦੋਂ 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 ਸੁਖਪਾਲ ਸਿੰਘ ਖਹਿਰਾ ਨੂੰ ਲਾਇਆ ਜਾਂਦਾ ਉਦੋਂ ਪੰਜਾਬ ਵਾਰਸ ਹੋ ਜਾਂਦਾ। ਦੇਖੋ ਦੋ ਗੱਲਾਂ ਨੇ, ਕਿਉਂਕਿ ਭਗਵੰਤ ਮਾਨ ਇਹ ਸਵਾਲ ਪੁੱਛਦੇ ਆ। ਮੈਂ ਤੁਹਾਨੂੰ ਦਿੰਦਾ, ਜਲੰਧਰ ਮੀਟਿੰਗ ਹੋਈ ਚੋਣ ਹਾਰਨ ਤੋਂ ਬਾਅਦ, ਉਹਨਾਂ ਨੇ ਸਾਰੇ ਮਸਲੇ ਉਠਾਏ, ਦਿੱਲੀ ਵਾਲਿਆਂ ਦੇ, ਅਧਿਕਾਰਾਂ ਦੇ, ਹੋਰ ਕਿਸੇ ਨੇ ਉਹਨਾਂ ਦੀ ਬਾਤ ਨਹੀਂ ਪੁੱਛੀ। ਲਗਾਤਾਰ ਮਸਲਿਆਂ ਤੇ ਮਤਭੇਦ ਆਉਂਦੇ ਰਹੇ, ਪਰ ਉਹਨਾਂ ਨੇ ਕਿਸੇ ਨੂੰ ਗੋਲੀ ਨਹੀਂ ਕਿਸੇ ਗੱਲ ਨੂੰ, ਮੁੜ ਕੇ ਮਾਫ਼ੀ ਮੰਗ ਲਈ। ਅੱਜ ਤੱਕ ਭਗਵੰਤ ਮਾਨ ਕਹਿੰਦਾ ਮਾਫ਼ੀ ਬਾਰੇ ਤਾਂ ਮੇਰੀ ਗੱਲ ਹੀ ਨਹੀਂ ਹੋਈ ਕੇਜਰੀਵਾਲ ਨਾਲ। ਪ੍ਰਧਾਨ ਵਾਂਗੂ ਕੰਮ ਕਰ ਰਿਹਾ, ਤੇ ਬੀਬੀ ਮਾਣੂ ਕੇ ਕਹਿ ਰਹੀ ਆ ਸਾਡੇ ਪ੍ਰਧਾਨ ਸਾਹਿਬ ਭਗਵੰਤ ਮਾਨ ਸਾਹਿਬ, ਤੁਸੀਂ ਕਿਹੜੇ ਲੋਕਾਂ ਨੂੰ ਮੂਰਖ ਬਣਾ ਰਹੇ ਹੋ? ਲੋਕਾਂ ਨੂੰ ਪਤਾ ਨਹੀਂ ਤੁਸੀਂ ਕੱਲ ਕੀ ਕਹੇ, ਅੱਜ ਕੀ ਕਹਿ ਰਹੇ ਹੋ? ਸੋ ਇਸ ਕਰਕੇ ਗਿਣ ਮਿੱਥ ਕੇ ਜਲੀਲ ਕੀਤਾ ਜਾ ਰਿਹਾ। ਇਹਨਾਂ ਨੂੰ ਸਿਆਸੀ ਤੌਰ ਤੇ ਮਸਲੇ ਨੂੰ ਹੱਲ ਕਰਨਾ ਚਾਹੀਦਾ। ਐਂਟੀ ਡਿਫੈਕਸ਼ਨ ਲਾ ਦੇ ਡੰਡੇ ਨਾਲ ਇਹ ਹੱਲ ਨਹੀਂ ਹੋਣਾ। ਹੋ ਸਕਦਾ ਲੋਕ ਸਭਾ ਚੋਣਾਂ ਤੱਕ ਉਹ ਕੁਛ ਨਾ ਵੀ ਕਰਨ, ਪਰ ਆਮ ਆਦਮੀ ਪਾਰਟੀ ਦਾ ਕੀ ਬਣੂ ਸੋਚਣ ਦੀ ਗੱਲ ਇਹ ਆ। ਨਜ਼ੀਰ ਸਿੰਘ ਸੰਘਾ, ਜਿਹੜਾ ਸਵਾਲ ਇੱਥੇ ਇਸ ਚਰਚਾ ਦੇ ਵਿੱਚ ਆਇਆ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਹੈ ਜਿਹੜੀ, ਉਹ ਪੰਜਾਬੀਆਂ ਨੂੰ ਜਲੀਲ ਕਰ ਰਹੀ ਹੈ। ਤੁਸੀਂ ਪੰਜਾਬੀ ਹੋ ਨਾ, ਤੁਸੀਂ ਜਲੀਲ ਤਾਂ ਨਹੀਂ ਮਹਿਸੂਸ ਕਰ ਰਹੇ? ਕੁਐਸਚਨ ਪੂਰਾ ਕਰੋ ਤੁਸੀਂ। ਕੁਐਸਚਨ ਇਹੀ ਹੈ, ਤੁਸੀਂ ਤਾਂ ਨਹੀਂ ਖੁਦ ਜਲੀਲ ਮਹਿਸੂਸ ਕਰ ਰਹੇ? ਦੇਖੋ, ਕਿਉਂਕਿ ਕਹਿ ਰਹੇ ਪੰਜਾਬੀ ਜਲੀਲ ਮਹਿਸੂਸ ਕਰ ਰਹੇ। ਜੇ ਆਪਾਂ ਦੇਖਿਆ ਜਾਵੇ ਤਾਂ ਜੇ ਮਾਨ ਦਿੱਤਾ ਸੀ ਸੁਖਪਾਲ ਸਿੰਘ ਖਹਿਰਾ ਨੂੰ, ਤਾਂ ਉਹ ਵੀ ਦਿੱਲੀ ਵਾਲਿਆਂ ਨੇ ਦਿੱਤਾ ਸੀ ਜਦੋਂ LOP ਬਣਾਇਆ, ਫੂਲਕਾ ਸਾਹਿਬ ਨੂੰ ਵੀ ਬਣਾਇਆ, ਠੀਕ ਹੈ। ਜਿਹੜੀ ਗੱਲ ਸਿਆਸੀ ਪੈਂਤੜੇ ਵਾਲੀ ਆ, ਉਹ ਮੈਂ ਮਾਲੀ ਸਾਹਿਬ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਵੀ ਇੱਕ ਸਿਆਸੀ ਪੈਂਤੜਾ ਚਲੋ ਚੱਲ ਰਿਹਾ ਹੈਗਾ, ਪਰ ਸਭ ਤੋਂ ਵੱਡਾ ਫਰਕ ਕੀ ਹੈ ਵੀ ਦਿੱਲੀ ਦਾ ਜਿਹੜਾ ਪੋਲੀਟੀਕਲ ਸਿਨੈਰੀਓ ਅਤੇ ਪੰਜਾਬ ਦਾ, ਇਹਦਾ ਫਰਕ ਹੈ। ਤੁਸੀਂ ਦੇਖੋ ਵੀ ਪਹਿਲਾਂ ਜਦੋਂ ਅੰਦੋਲਨ ਤੋਂ ਬਾਅਦ ਜਦੋਂ ਪਾਰਟੀ ਪੰਜਾਬ ਦੇ ਵਿੱਚ ਬਣੀ, ਤਾਂ ਪੰਜਾਬ ਦੇ ਵਿੱਚ ਕੀ ਸੀਗੇ? ਡਿਸਟ੍ਰਿਕਟ ਕਨਵੀਨੀਅਰ, ਸੈਕਟਰ ਇੰਚਾਰਜ, ਜਿਹੜੇ ਪੰਜਾਬ ਦੇ ਲੋਕਾਂ ਨੂੰ ਮਤਲਬ ਕਿ ਉਹ ਅਸੈਪਟੇਬਲ ਨਹੀਂ ਗਾ, ਮਤਲਬ ਕਿ ਉਹ ਮੂੰਹ 'ਤੇ ਨਹੀਂ ਚੜ੍ਹਦੇ ਪੰਜਾਬੀ 'ਚ ਆਪਾਂ ਕਹਿ ਲਈਏ। ਉਸ ਤੋਂ ਬਾਅਦ ਹੁਣ ਜਿਹੜਾ ਪੋਲੀਟੀਕਲ ਸਿਸਟਮ ਹੈ ਜਿਹੜਾ, ਉਹ ਦੂਜੀਆਂ ਪਾਰਟੀਆਂ ਨੂੰ ਜੇ ਆਪਾਂ ਉਹਨਾਂ ਦੇ ਨਾਲ ਲੜਨਾ ਤਾਂ ਉਹਨਾਂ ਦੇ ਮੁਤਾਬਕ ਹੀ ਲੜਨਾ ਪਊਗਾ। ਦੇਖੋ ਬਲਾਕ ਦੀ ਥਾਂ ਤੇ ਬਲਾਕ ਪ੍ਰਧਾਨ ਲਾਉਣੇ ਪੈਣਗੇ, ਸੈਕਟਰ ਇਹਨਾਂ ਨੇ ਸੈਕਟਰ ਇੰਚਾਰਜ ਲਾਏ ਸੀ ਦਿੱਲੀ ਦੇ ਪੈਟਰਨ ਤੇ। ਮੈਂ ਇਹ ਗੱਲ ਕਹੀ ਸੀ ਦਿੱਲੀ ਵਾਲਿਆਂ ਨੇ ਸੁਖਪਾਲ ਸਿੰਘ ਖਹਿਰਾ ਨੂੰ ਲਾਇਆ ਭਗਵੰਤ ਮਾਨ, ਇਹ ਗੱਲ ਕਹਿ ਰਹੇ ਤੁਸੀਂ, ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦਿੱਲੀ ਵਾਲਿਆਂ ਨੇ ਹੀ ਮਾਣ ਬਖਸ਼ਿਆ। ਇਹਦਾ ਮਤਲਬ ਜਿਹੜੇ 20 MLA ਹੈਗੇ ਆ ਉਹਨਾਂ ਦੀ ਚੋਣ ਨਹੀਂ ਸੀ ਸੁਖਪਾਲ ਸਿੰਘ ਖਹਿਰਾ? ਨਹੀਂ ਨਹੀਂ, ਦੇਖੋ ਉਹ ਤਾਂ ਦੇਖੋ ਸਾਰਾ ਕੁਝ ਫੋਲੋ ਕਰਨਾ ਹੀ ਪੈਂਦਾ ਹੈ। ਨਹੀਂ ਜੇ ਉਹਨਾਂ ਦੀ ਕੰਸੈਂਟ ਨਾਲ ਕਰਦਾ, ਮੈਂ ਸਵਾਲ ਬੜਾ ਸਿੱਧਾ ਹੁੰਦਾ ਮੇਰਾ, ਇਹਦਾ ਸਿੱਧਾ ਜਵਾਬ ਚਾਹੀਦਾ, ਸਿੱਧਾ ਹੀ ਜਵਾਬ। ਮਤਲਬ ਇਹਦਾ ਕੋਈ ਪੁੱਛ ਪੜਤਾਲ ਨਹੀਂ ਕੀਤੀ ਜਾਂਦੀ, ਜੋ ਦਿੱਲੀ ਚਾਹੁੰਦੀ ਉਹ ਲਾ ਦਿੱਤਾ ਜਾਂਦਾ। ਇਹਦਾ ਮਤਲਬ ਜਦੋਂ ਸੁਖਪਾਲ ਖਹਿਰਾ ਜੀ ਨੂੰ ਲਾਇਆ ਸੀ 20 ਨੂੰ ਨਹੀਂ ਪੁੱਛਿਆ, ਉਦੋਂ ਰਾਜੀ ਸੀ, ਹੁਣ ਜੇ ਉਹਨਾਂ ਨੂੰ ਲਾਇਆ ਤਾਂ ਉਹ ਆਪਦੀ ਖੁਦ ਮੁਖਤਿਆਰੀ ਭਾਲਦੇ ਆ। ਫਿਰ ਇਸ ਗੱਲ ਤੇ ਆ ਜਾਓ ਤੁਸੀਂ, ਜਦੋਂ ਜਦੋਂ ਨਹੀਂ, ਮੈਨੂੰ ਇੱਕ ਚੀਜ਼ ਸਾਫ਼ ਕਰ ਦਿਓ, ਫੈਸਲਾ ਦਿੱਲੀ ਵਾਲਿਆਂ ਨੇ ਕੀਤਾ ਜਾਂ 20 MLA ਨੇ ਕੀਤਾ? 20 MLA ਦੀਆਂ ਉਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਆ। ਸੁਖਪਾਲ ਸਿੰਘ ਖਹਿਰਾ ਨੂੰ ਕਿਸੇ ਨੇ ਕੀਤਾ ਹੋਊਗਾ ਤਾਂ ਉਸ ਤੋਂ ਬਾਅਦ ਉਹਨਾਂ ਦੀ ਵੋਟਿੰਗ ਹੋਈ ਹੋਊਗੀ, ਤਾਂ ਹੀ ਸੁਖਪਾਲ ਸਿੰਘ ਹੋਈ ਹੋਊਗੀ ਜਾਂ ਹੋਈ ਆ, ਹੁੰਦੀ ਹੋਈ ਆ ਜੀ, ਉਹਦੇ ਵੋਟਾਂ ਹੁੰਦੀ ਹੋਣੀ, ਮੈਨੂੰ ਪਤਾ ਨਹੀਂ ਨਾ, ਮੈਨੂੰ ਪ੍ਰੋਸੀਜਰ ਨਹੀਂ ਪਤਾ। ਜਦੋਂ ਲਾਇਆ ਤਾਂ ਉਹ ਵੀ ਤਾਂ ਵੋਟਾਂ ਨਾਲ ਹੀ ਲਿਆ ਨਾ, ਸਾਈਨ ਹੋਇਆ 16 MLA ਦੇ। ਦੇਖੋ ਜਿਹੜੀ ਇਹ ਗੱਲ ਹੈਗੀ ਆ, ਤੁਸੀਂ ਇਸ ਚੀਜ਼ ਨੂੰ KP ਸਿੰਘ, ਮੈਂ ਸਮਝਣਾ ਚਾਹੁੰਦਾ ਨਾ, ਕਿਉਂਕਿ ਤੁਸੀਂ ਕਹਿ ਰਹੇ ਸੀ ਅਸੀਂ ਵੱਖਰੀ ਤਰ੍ਹਾਂ ਦੀ ਪੋਲਿਟਿਕਸ ਕਰਨੀ ਹੈ, ਕੋਈ ਵੱਖਰੀ ਤਰ੍ਹਾਂ ਦੀ ਪੋਲਿਟਿਕਸ। ਦੇਖੋ KP ਸਿੰਘ ਆ ਰਿਹਾ ਪ੍ਰਸਾਦ, ਤਾਂ ਇੰਨੇ ਸਾਹਮਣੇ ਨੇ, ਉਹਦੇ ਹੱਥ ਪੁਸ਼ਟੀ ਦੀ ਲੋੜ ਨਹੀਂ। ਖੈਰੇ ਵੇਲੇ 20 ਦੇ 20 MLA ਦਿੱਲੀ ਗਏ ਸੀ, ਡਿਸਕਸ਼ਨ ਹੋਈ ਸੀ, ਉਹਦੀ ਚੋਣ ਹੋਈ ਸੀ, ਐਤਕੀ ਕੋਈ ਮੀਟਿੰਗ ਨਹੀਂ ਹੋਈ, ਕੋਈ ਦਿੱਲੀ ਨਹੀਂ ਗਿਆ, ਫਰਕ ਕਿੰਨਾ ਹੈ ਜੇ ਤੁਸੀਂ ਆਪ ਸੋਚ ਲਓ। ਰਸਮਜੀਤ ਸਿੰਘ, ਨਹੀਂ ਬਸ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਲਾਉਣ ਵੇਲੇ ਸਾਰੀ ਮੀਟਿੰਗ ਦਿੱਲੀ ਹੋਈ ਸੀ, ਤੇ ਜੇ ਕਿਸੇ ਨੂੰ ਲਾਉਣਾ ਸੀ, ਇੱਕ ਬੇਸਿਕ ਜਿਹੜੇ ਐਥਿਕਸ, ਜਿਹੜੇ ਰਾਜਨੀਤੀ ਦੇ ਐਥਿਕਸ ਵੀ, ਔਰ ਵੈਸੇ ਵੀ ਮੋਰਲ, ਜਿਹੜੀ ਕੋਈ ਰਿਸਪੋਂਸੀਬਿਲਟੀ ਕਿਸੇ ਨੂੰ ਐਡੀ ਵੱਡੀ ਦਿੱਤੀ, ਉਹਦੀ ਮੋਰੈਲਿਟੀ ਵੀ ਇਹ ਗੱਲ ਮੰਗ ਕਰਦੀ ਹੈ ਕਿ ਮੀਟਿੰਗ ਹੋਣੀ ਚਾਹੀਦੀ ਸੀ, ਕਿਉਂਕਿ ਮੀਟਿੰਗ ਦੇ ਵਿੱਚ ਬਖੇੜਾ ਪੈਣਾ ਸੀ, ਕਿਉਂਕਿ ਉੱਥੇ ਨਾਅਰੇਬਾਜ਼ੀ ਵੀ ਹੋ ਸਕਦੀ ਸੀ, ਉੱਥੇ ਕਾਫੀ ਔਖਾ ਹੋਣਾ ਸੀ, ਪਾਸ ਹੋਣਾ ਹੀ ਨਹੀਂ ਸੀ 20 MLA ਦੇ ਇਕੱਠੀ ਮੀਟਿੰਗ 'ਚ, ਉਹ ਚੁੱਪ ਕਰਕੇ ਇਕੱਲੇ ਇਕੱਲੇ ਨੂੰ ਬੁਲਾ ਕੇ ਦਸਤਖਤ ਕਰਾ ਲਏ। ਇਹ ਬਿਲਕੁਲ ਗਲਤ ਤਰੀਕਾ ਸੀਗਾ, ਅਨਡੈਮੋਕ੍ਰੇਟਿਕ ਤਰੀਕਾ ਸੀਗਾ। ਯਾਨੀ ਕਿ ਇਸ ਕਰਕੇ ਪਾਰਟੀਆਂ ਕਰਦੀਆਂ ਉਵੇਂ ਹੀ ਹੋਇਆ, ਬਿਲਕੁਲ ਉਸੇ ਤਰ੍ਹਾਂ ਕੀਤਾ, ਕੋਈ ਫਰਕ ਨਹੀਂ ਹੈ। ਨਹੀਂ ਨਹੀਂ, ਮੇਰਾ ਖਿਆਲ ਹੈ ਕਿ ਬਿਲਕੁਲ ਪਾਰਟੀਆਂ ਨਾਲੋਂ ਵੀ ਭੈੜੇ ਤਰੀਕੇ ਨਾਲ ਕੀਤਾ, ਬਿਲਕੁਲ ਇੰਨਾ ਭੈੜਾ ਉਹ ਨਹੀਂ ਕਰਦੀ ਪਾਰਟੀਆਂ ਦੇ ਇੰਜਨੀ, ਇੰਨਾ ਨਹੀਂ ਧੱਕਾ ਹੁੰਦਾ, ਇਸ ਕਿਸਮ ਦਾ ਨਹੀਂ ਹੁੰਦਾ। ਉਹਦੇ 'ਚ ਬੁਲਾ ਕੇ ਗੱਲ ਕਰਕੇ ਕਨਵਿੰਸ ਕਰਕੇ, ਤੁਸੀਂ ਹੁਣ ਅਕਾਲੀਆਂ ਦਾ ਦੇਖ ਲਓ ਕਿੰਨਾ ਬਖੇੜਾ, ਕਿੰਨਾ ਸੰਕਟ ਹੈਗਾ, ਪਰ ਜਿਸ ਸਲੀਨਤਾ ਦੇ ਨਾਲ, ਮੈਂ ਕਹੂੰਗਾ ਇੱਕ ਡਿਸਿਪਲਿਨ 'ਚ ਰਹਿ ਕੇ, ਉਹ ਆਪਣੀ ਲੜਾਈ ਟੈਂਸ਼ਨ ਦੀ ਤੇ ਜੋ ਵੀ ਪ੍ਰਧਾਨਗੀ ਦੀ ਲੜ ਰਹੇ ਆ, ਮੇਰਾ ਖਿਆਲ ਉੱਥੋਂ ਆਮ ਆਦਮੀ ਪਾਰਟੀ ਨੂੰ ਲੜਨਾ ਪੁੱਛਣਾ ਨਹੀਂ ਚਾਹੁੰਦਾ। ਸਵਾਲ ਆ ਗਿਆ ਹੁਣ, ਸਵਾਲ ਡਿਸਿਪਲਿਨ ਕਿਹਦੇ ਵੱਲੋਂ ਆ? ਡਿਸਿਪਲਿਨ ਟਕਸਾਲੀ ਆਗੂਆਂ ਵੱਲੋਂ ਜਿਹੜੇ ਮਾਝੇ ਦੇ ਵੱਖ ਬੈਠੇ ਆ, ਜਾਂ ਡਿਸਿਪਲਿਨ ਪ੍ਰਧਾਨ ਵੱਲੋਂ? ਦੋਵਾਂ ਵੱਲੋਂ ਮੈਂ ਤਾਂ ਕਹੂੰਗਾ। ਦੇਖੋ ਉਹਨੇ ਆਪਣਾ ਕਹਿਤਾ ਵੀ ਜੇ ਮੇਰੇ ਪੁਰਾਣੇ ਬੰਦੇ ਜਿਹੜੇ ਦੁਖੀ ਹੈਗੇ ਆ, ਤਾਂ ਉਹਨਾਂ ਨੇ ਰੈਜ਼ਿਗਨੇਸ਼ਨ ਫਾਰਮਲੀ ਤੇ ਆਫਰ ਕੀਤਾ ਹੀ ਨਾ, ਭਾਵੇਂ ਉਹ ਮਗਰੋਂ ਮਨਜ਼ੂਰ ਹੁੰਦਾ ਜਾਂ ਨਹੀਂ ਹੁੰਦਾ, ਔਰ ਉਹਨਾਂ ਨੇ
ਫਰੀਦਕੋਟ, ਸੰਗਰੂਰ, ਹੁਸ਼ਿਆਰਪੁਰ, ਅੰਮ੍ਰਿਤਸਰ, ਆਨੰਦਪੁਰ ਸਾਹਿਬ, ਇਹ ਪੰਜ ਕਿੰਨੇ ਚੁਣੇ ਸੀਗੇ? ਉੱਥੇ ਤੁਹਾਡੇ ਲੋਕਲ ਵਲੰਟੀਅਰ ਸੀ, ਉਹਨਾਂ ਦੇ ਥਰੂ ਚੋਣ ਹੋਈ ਕਿਵੇਂ? ਇਹਨਾਂ ਪੰਜਾਂ ਦੇ ਵਿੱਚੋਂ ਦੋ ਸਿਟਿੰਗ MP ਨੇ ਔਰ ਦੋ ਜਿਹੜੇ ਹੈਗੇ ਆ ਆਲਰੇਡੀ ਇਲੈਕਸ਼ਨ ਲੜ ਚੁੱਕੇ ਆ, ਡਾਕਟਰ ਰਵਜੋਤ ਸਿੰਘ ਔਰ ਆਪਣੇ ਨਰਿੰਦਰ ਸ਼ੇਰਗਿੱਲ, ਨਰਿੰਦਰ ਸ਼ੇਰਗਿੱਲ, ਠੀਕ ਹੈ। ਜਿਹੜੇ ਕੁਲਦੀਪ ਸਿੰਘ ਧਾਲੀਵਾਲ ਹੈ ਉਹ ਵਾਕਈ ਵਲੰਟੀਅਰ ਦੀ ਚੋਇਸ ਆ, ਉੱਥੇ ਮਾਝੇ ਜ਼ੋਨ ਦੇ ਵਿੱਚ ਉਹ ਐਜ਼ ਏ ਮਾਝਾ ਦੇ ਉਹਦੇ ਪ੍ਰੈਜ਼ੀਡੈਂਟ ਉਹ ਕੰਮ ਕਰ ਰਹੇ। ਜਿੱਥੋਂ ਤੱਕ ਗੱਲ ਆਉਂਦੀ ਹੈਗੀ ਇਹਨਾਂ ਨੂੰ ਚੁਣਨ ਦੀ, ਤਾਂ ਜਿਹੜੀਆਂ ਪਾਰਟੀ ਦੀਆਂ ਅੰਦਰੂਨੀ ਜਿਹੜੀਆਂ ਰਿਪੋਰਟਸ ਵਗੈਰਾ ਹੈਗੀਆਂ ਉਹਨਾਂ ਨੂੰ ਕੰਸਿਡਰ ਕੀਤਾ ਗਿਆ। ਇੱਥੋਂ ਮੋਹਾਲੀ ਦੇ ਵਿੱਚੋਂ ਨਰਿੰਦਰ ਸ਼ੇਰਗਿੱਲ ਨੂੰ ਤਕਰੀਬਨ 40,000 ਵੋਟ ਪਈ ਹੈ, ਡਾਕਟਰ ਰਵਜੋਤ ਨੂੰ 40-42,000 ਵੋਟ ਪਈ ਹੈ, ਰਾਜਾ ਸੰਸੀ ਤੋਂ ਸ਼ਾਇਦ ਲੜੇ ਸੀ ਉਹ, ਦੋ ਦੂਸਰੇ ਉਹ ਸਿਟਿੰਗ MP ਦੇ ਪ੍ਰਧਾਨ ਕੋ ਛੱਡ ਗਏ। ਦੇਖੋ ਉਹ ਵੀ ਹਜੇ ਡਿਸਾਈਡ ਕਰ ਰਹੇ ਹੈ, ਜੋ ਦੁਆਬੇ ਦੇ ਪ੍ਰਧਾਨ ਤਾਂ ਛੱਡ ਗਏ, ਉਹ ਕਹਿੰਦੇ ਮੈਂ ਚੱਲਿਆ, ਸਤਿ ਸ਼੍ਰੀ ਅਕਾਲ ਆਪ ਨੂੰ। ਉਹ ਤਾਂ ਸਚਦੇਵਾ ਸਾਹਿਬ, ਹਾਂ ਸਚਦੇਵਾ ਸਾਹਿਬ, ਦੇਖੋ ਉਹ ਜਦੋਂ ਪਹਿਲਾਂ ਉਹਨਾਂ ਨੂੰ ਬਦਲਿਆ ਗਿਆ ਸੀਗਾ, ਉਸ ਤੋਂ ਬਾਅਦ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਡਿਸਿਪਲਿਨ ਅਨਡਿਸਿਪਲਿਨ ਦੀ। ਜਦੋਂ ਉਹਨਾਂ ਨੂੰ ਬਦਲਿਆ ਗਿਆ ਸੀ ਉਸ ਤੋਂ ਬਾਅਦ ਉਹ ਖਹਿਰਾ ਸਾਹਿਬ ਦੇ ਨਾਲ ਸੀਗੇ, ਅਤੇ ਨਾ ਉਹਨਾਂ ਨੇ ਕਿਹਾ ਵੀ ਮੈਂ ਪਾਰਟੀ ਛੱਡੀ ਹੈ ਫਿਲਹਾਲ, ਉਹ ਵੀ ਇਹੀ ਕਹਿ ਰਹੇ ਹੈਗੇ ਆ ਉਹਨਾਂ ਨੇ। ਹਾਲਾਂਕਿ ਉਹ ਉਹਨਾਂ ਦੀ ਇੱਕ ਫੇਸਬੁੱਕ ਫੇਸਬੁੱਕ ਤੇ ਸ਼ੱਕ, ਉਹ ਆਪਸ ਸਹਿਮਤੀ ਕਰਾਉਂਦੇ ਪਏ ਸੀ, ਹਾਂ ਉਹ ਕਰਾਉਂਦੇ ਪਏ ਸੀ, ਮਤਲਬ ਜੇ ਉਹ ਬਾਹਰ ਚਲੇ ਗਏ ਇਹਦਾ ਮਤਲਬ ਇਹ ਵੀ ਬਾਹਰ ਹੈ, ਜੇ ਉਹ ਜਾਣਗੇ ਤਾਂ ਨਾ ਜੀ, ਅਜੇ ਵੀ ਉਹ ਮਤਲਬ ਕੇਸ ਤੇ ਆ ਜਿਹੜੀ 8 ਤਰੀਕ ਦਾ ਅਲਟੀਮੇਟਮ ਇਹਨਾਂ ਨੇ ਦਿੱਤਾ ਜਾਂ 8 ਤਰੀਕ ਦੀ ਇਹਨਾਂ ਨੇ 8 ਤਰੀਕ ਦਾ ਇੰਤਜ਼ਾਰ ਕਰੀਏ, 8 ਤਰੀਕ ਦੀ ਇਹਨਾਂ ਨੇ ਗੱਲ ਕਰੀ, ਅਸੀਂ ਤਾਂ ਇੰਤਜ਼ਾਰ ਕਰ ਰਹੇ ਹਾਂ, ਉਹ ਆਉਣ ਸਪਾਲ ਖਹਿਰਾ ਜੀ ਆਉਣ, ਅਸੀਂ ਤਾਂ ਇੰਤਜ਼ਾਰ ਕਰ ਰਹੇ ਹਾਂ, ਤੁਸੀਂ ਕਹਿ ਰਹੇ ਹੋ ਕਿ ਤਰੀਕਾਂ ਹੋਰ ਪਈ, ਚੱਲੋ ਨਾ ਅਸੀਂ ਤਰੀਕਾਂ ਨਹੀਂ ਪਾਉਂਦੇ ਹੈਗੇ, ਅਸੀਂ ਤਾਂ 1 ਤਰੀਕ ਨੂੰ ਵੀ ਇੰਤਜ਼ਾਰ ਕਰਦੇ ਸੀ ਤੇ ਹੁਣ 8 ਨੂੰ ਵੀ ਕਰਾਂਗੇ, ਇੱਕ ਹੋਰ ਛੋਟਾ ਬ੍ਰੇਕ ਲਵਾਂਗੇ, ਥੋੜਾ ਜਿਹਾ ਤੁਸੀਂ ਇੰਤਜ਼ਾਰ ਕਰਨਾ, ਅਸੀਂ 8 ਤਰੀਕ ਤੱਕ ਦਾ ਇੰਤਜ਼ਾਰ ਨਹੀਂ ਕਰਾਂਗੇ, ਸਿਰਫ ਕੁਝ ਸੈਕਿੰਡ ਦਾ ਇੰਤਜ਼ਾਰ ਆ, ਵਾਪਸ ਆ ਰਹੇ ਹਾਂ। ਆਪ ਲਈ ਖਹਿਰਾ, ਤੁਹਾਡੇ ਦੇ ਨਵੇਂ ਅਲਟੀਮੇਟਮ ਦੇ ਕੀ ਨੇ ਅਰਥ? ਪਵਨ ਸਿਮਾਲੀ, ਆਪਾਂ ਬ੍ਰੇਕ ਵਿੱਚ ਜਿਹੜੀ ਚਰਚਾ ਕਰ ਰਹੇ ਸੀ, ਮੈਂ ਉਸ ਸਵਾਲ ਨੂੰ ਲੈ ਕੇ ਆਉਣਾ ਚਾਹੁੰਦਾ, ਮੈਂ ਚਾਹੁੰਦਾ ਦਰਸ਼ਕਾਂ ਨੂੰ ਵੀ ਉਸ ਸਵਾਲ ਦਾ ਸਮਝ ਆਵੇ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ, ਵਿਸਥਾਰ ਕੀਤਾ, ਜਾਂ ਜਿਹੜੇ 5 ਉਮੀਦਵਾਰ ਐਲਾਨੇ ਆ, ਕਿ ਇਹਨਾਂ ਫੈਸਲਿਆਂ ਤੋਂ ਵਾਪਸ ਪਰਤਣ ਦੀ ਕੋਈ ਸੰਭਾਵਨਾ ਹੈ, ਜਾਂ ਆਪਸ ਵਿੱਚ ਕੋਈ ਸਮਝੌਤਾ ਹੁੰਦਾ, ਕੋਈ ਗੱਲਬਾਤ ਬਣਦੀ ਹੈ, ਕੋਈ ਇਹ ਫੈਸਲਿਆਂ 'ਤੇ ਦੁਬਾਰਾ ਗੌਰ ਕੀਤਾ ਜਾ ਸਕਦਾ ਜਾਂ ਨਹੀਂ? ਦੇਖੋ ਜੀ, ਦੋ ਗੱਲਾਂ ਨੇ ਜਿਹੜੇ ਤੱਥ ਸਾਹਮਣੇ ਨੇ। ਪੰਜਾਬ ਦੇ ਵਿੱਚ ਅੱਜ ਤੱਕ ਇਹਨਾਂ ਨੇ ਸੰਵਿਧਾਨ ਦੇ ਅਨੁਸਾਰ ਕਦੇ ਵੀ ਜਥੇਬੰਦਕ ਢਾਂਚਾ ਨਹੀਂ ਬਣਾਇਆ, ਕਦੇ ਪੰਜਾਬ ਦੀ ਕਮੇਟੀ ਨਹੀਂ ਬਣਾਈ, ਕਦੇ ਜ਼ਿਲ੍ਹਾ ਕਮੇਟੀ ਨਹੀਂ ਬਣਾਈ। ਜਿਹੜਾ ਢਾਂਚਾ ਬਣਾਇਆ ਸੀ ਉਹ ਸਾਰਾ ਸੰਵਿਧਾਨ ਦੇ ਵਿਰੁੱਧ ਸੀ। ਹੁਣ ਜਦੋਂ ਅੱਡ ਹੋ ਕੇ ਆਪਣਾ ਖਹਿਰਾ ਸਾਹਿਬ ਨੇ ਢਾਂਚਾ ਬਣਾਉਣਾ ਸ਼ੁਰੂ ਕੀਤਾ, ਫਿਰ ਇਹਨਾਂ ਨੇ ਕੋਰ ਕਮੇਟੀ ਬਣਾਈ ਆ, ਫਿਰ ਇਹਨਾਂ ਨੇ ਉਮੀਦਵਾਰ ਐਲਾਨੇ ਆ, ਇਹ ਸਾਰੇ ਨੇ ਜਿਹੜੇ ਇਹ ਉਹਨਾਂ ਦੀ ਬਾਂਹ ਮਰੋੜਨ ਵਾਲੇ ਪੇਚ ਨੇ ਵੀ ਜਾਓਗੇ ਕਿੱਥੇ ਤੁਸੀਂ, ਅਸੀਂ ਆਪਣੀ ਮਰਜ਼ੀ ਕਰਾਂਗੇ, ਇਸ ਤੋਂ ਬਾਅਦ ਤੁਸੀਂ ਜਾਓਗੇ ਕਿੱਥੇ। ਇਹ ਕੁਐਸਚਨ ਆ ਪੋਲੀਟੀਕਲ, ਇਹ ਪੋਲੀਟਿਕਸ ਦੇ ਵਿੱਚ ਹੱਲ ਹੋ ਜਾਂਦੇ ਨੇ, ਬਦਲ ਜਾਂਦੇ ਨੇ ਤੇ ਫੈਸਲੇ ਬਦਲਣ ਦਾ। ਮੈਨੂੰ ਇਹ ਲੱਗਦਾ, ਦੇਖੋ ਮੇਰਾ ਹੁਣ ਤੱਕ ਦਾ ਜਿਹੜਾ ਤਜਰਬਾ, ਵੀ ਖਹਿਰੇ ਦੇ ਨੂੰ ਕਦੇ ਵੀ ਕੇਜਰੀਵਾਲ ਪਾਰਟੀ 'ਚ ਬਰਦਾਸ਼ਤ ਨਹੀਂ ਕਰੂਗਾ, ਕੋਈ ਢੰਗ ਤਰੀਕਾ ਅਪਣਾ ਲਵੇ ਖਹਿਰੇ ਨੂੰ ਸੰਧੂ ਨੂੰ ਉਹ ਬਰਦਾਸ਼ਤ ਨਹੀਂ ਕਰੂਗਾ। ਮਾਨ ਸੰਭਾਲੀ, ਫਿਰ ਮੈਂ ਅਗਲਾ ਸਵਾਲ ਵੀ ਪੁੱਛਣਾ ਤੁਹਾਨੂੰ ਜੀ, ਜਿਹੜੇ ਬਾਕੀ MLA ਨਾਲ ਹੈ, ਕੁੱਲ 8 MLA ਹੈ ਨਾ, ਜਿਹੜੇ ਬਾਕੀ MLA ਹੈਗੇ ਆ, ਕੀ ਉਹ ਸੁਖਪਾਲ ਸਿੰਘ ਖਹਿਰਾ ਦੇ ਨਾਲ ਉਵੇਂ ਹੀ ਖੜੇ ਦਿਖਾਈ ਦੇਣਗੇ ਤੁਹਾਨੂੰ? ਨਹੀਂ, ਦੇਖੋ ਸਿਆਸਤ ਦੇ ਵਿੱਚ ਹੋ ਸਕਦਾ ਜੀ, ਜਦੋਂ ਬਾਕੀ MLA ਕੋਈ ਭਵਿੱਖ ਖਾਤਰ ਥੋੜ੍ਹਾ ਸੋਚ ਕੇ ਚੱਲ ਰਿਹਾ, ਉਹ ਤਾਂ ਆਪਣੀ MLAship ਦੀ ਟਰਮ ਪੂਰੀ ਕਰਨ ਵਾਲੀ ਗੱਲ ਕਰ ਰਿਹਾ, ਉਹਨਾਂ ਕੋਲ ਪੋਲਿਟਿਕਸ ਕਿੱਥੇ ਆ ਜੀ? ਜਿਹੜਾ ਉਹਨੇ ਪੋਲੀਟੀਕਲ ਪੈਂਤੜਾ ਲਿਆ ਫਲਾਪ ਹੋ ਗਿਆ, ਚਾਹੇ ਧਰਨੇ ਦੇ ਬਰਾਬਰ ਧਰਨੇ ਦੀ ਗੱਲ ਕੀਤੀ ਆ, ਜਾਂ ਕੋਈ ਤੁਸੀਂ ਭਗਵੰਤ ਮਾਨ ਆ ਨਾ ਇਹਨਾਂ ਦਾ ਸਭ ਤੋਂ ਵੱਡਾ ਕਾਰੀਗਰ, ਉਹ ਇੱਕ ਦਿਨ ਦੂਜੇ ਦਿਨ ਉਹਦੇ ਸਾਰੇ ਇੱਕ ਦੂਜੇ ਦੇ ਬਿਆਨ ਵਿਰੋਧੀ ਨੇ, ਉਦੋਂ ਵੱਡਾ ਪੋਲੀਟਿਕਸ ਵਾਲਾ ਤਾਂ ਇਹਨਾਂ ਦਾ ਕੋਈ ਹੈ ਨਹੀਂ ਨਾ। ਬੀਬੀ ਸਰਬਜੀਤ ਕੌਰ ਮਾਣੂਕੇ ਨੇ ਇੰਟਰਵਿਊ ਦਿੱਤੀ ਏਕਤਾ ਤੋਂ ਬਾਅਦ, ਉਹ ਸਾਰੀ ਏਕਤਾ ਦੇ ਅਮਲ ਦੇ ਵਿਰੁੱਧ ਸੀ, ਉਹ ਆਪਦੇ ਕਿਸੇ ਅਸੂਲ ਤੇ ਨਹੀਂ ਸੀ, ਉਹ ਕਹਿੰਦੀ ਰੁੱਸੇ ਹੋਏ ਨੇ ਆ ਜਾਣ, ਹੁਣ ਵੀ ਇਹੀ ਕਹਿੰਦੇ ਨੇ ਨਾ ਬੀਬਾ ਬਲਜਿੰਦਰ ਕੌਰ ਜੀ, ਆ ਜਾਣ ਸਵਾਗਤ ਆ, ਕਿਉਂ ਉਹਨਾਂ ਨੂੰ ਕੀ ਆਉਣਾ, ਜੇ ਤੁਹਾਨੂੰ ਉਹਨਾਂ ਕੋਲ ਜਾਣ ਦੀ ਲੋੜ ਨਹੀਂ, ਉਹਨਾਂ ਨੂੰ ਤੁਹਾਡੇ ਕੋਲ ਆਉਣ ਦੀ ਕੀ ਲੋੜ ਆ ਜੀ? ਤੁਹਾਡੇ ਪੱਲੇ ਦਾਣੇ ਹੈ ਨਹੀਂ, ਕਾਗਜ਼ ਨੇ ਤੁਹਾਡੇ ਕੋਲ, ਕਾਨੂੰਨ ਆ ਤੁਹਾਡੇ ਕੋਲ, ਤੇ ਇਹਦੇ ਆਸਰੇ ਕਿੰਨਾ ਚਿਰ ਲੜ ਲਓਗੇ ਤੁਸੀਂ? ਨਵੀਂ ਸੰਗਾ, ਸਿਰਫ ਤੁਸੀਂ ਉਹਨਾਂ ਨੂੰ ਧਮਕੀਆਂ ਦੇ ਰਹੇ ਹੋ। ਦੇਖੋ ਧਮਕੀ ਨਹੀਂ ਹੈਗੀ, ਡਰਾ ਰਹੇ ਹੋ? ਨਾ ਡਰਾ ਰਹੇ ਹਾਂ, ਫਿਰ ਅਸੀਂ ਤਾਂ ਦੇਖੋ ਮਾਲੀ ਸਾਹਿਬ ਨੇ ਜਿਹੜੀ ਗੱਲ ਕਹੀ ਆ ਬਈ ਤੁਸੀਂ ਆ ਜਾਓ ਜਾਂ ਅਸੀਂ ਆ ਜਾਈਏ, ਅਸੀਂ ਵੀ ਜਾ ਚੁੱਕੇ ਹਾਂ, ਉਹਨਾਂ ਨੂੰ ਵੀ ਬੁਲਾ ਲਿਆ, ਜਿੱਦਣ ਉਦਣ ਮੀਟਿੰਗ ਹੋਈ ਆ ਉਦਣ ਖਹਿਰਾ ਸਾਹਿਬ ਆਪ ਖੁਦ ਨਹੀਂ ਆਏਗੇ। ਇੱਧਰੋਂ ਜਿੰਨੀ ਕੁ PAC ਬਣਾਈ ਸੀ, ਜਿੰਨੀ ਕੁ ਕਮੇਟੀ ਦੀ 5 ਮੈਂਬਰੀ ਕਮੇਟੀ ਬਣਾਈ ਸੀ, ਸਾਰੇ 5 ਦੇ 5 ਬੰਦੇ ਗਏ ਆ ਸਾਡੇ, ਅਤੇ ਔਰ ਕਿਤੇ ਨਾ ਕਿਤੇ ਜਿਹੜੀ ਗੱਲ ਹੈਗੀ ਆ ਉਹੀ ਕਮਿਊਨੀਕੇਸ਼ਨ ਗੈਪ ਰਹਿ ਜਾਂਦਾ ਜਾਂ ਕੋਈ ਉਹਨਾਂ ਦੇ ਵੱਲੋਂ ਰਹਿ ਜਾਂਦੀ। ਜਿਹੜੀ 6 ਰੈਜ਼ੋਲਿਊਸ਼ਨਸ ਦੀ ਗੱਲ ਹੋਈ ਹੈ ਉਹਨਾਂ ਦੇ ਮੁਤਾਬਕ ਹੀ ਜੇ ਅੱਜ ਪੰਜਾਬ ਦੇ ਵਿੱਚ ਖੁਦ ਮੁਖਤਿਆਰੀ ਚਾਹੀਦੀ ਹੈ ਤਾਂ ਪੰਜਾਬ ਦੀ ਉਹੀ ਖੁਦ ਮੁਖਤਿਆਰੀ ਬਣਨ ਨੂੰ ਵੀ ਤਿਆਰ ਹੈਗੀ ਹੈ PAC ਜਿਹੜੀ ਹੁਣ ਬਣਾਈ ਹੈਗੀ ਹੈ। ਜਿੱਥੋਂ ਤੱਕ ਦੂਸਰੀ ਗੱਲ ਆਉਂਦੀ ਹੈਗੀ ਹੈ ਡਿਸਿਪਲਿਨ ਇਨਡਿਸਿਪਲਿਨ ਦੀ,
ਤੁਸੀਂ ਦੇਖੋ ਜੇ ਅੱਜ ਦੀ ਡੇਟ ਦੇ ਵਿੱਚ ਕਿਤੇ ਵੀ ਮਤਲਬ ਕਿ ਪਿਛਲੇ ਸਮੇਂ 'ਚ ਵੀ ਵੇਖੀਏ ਕਿਸੇ ਨੂੰ ਐਲ ਓ ਪੀ ਤੋਂ ਲਾਇਆ ਜਾਂਦਾ ਤਾਂ ਮੇਰੇ ਖਿਆਲ ਕਿਸੇ ਹੋਰ ਐਲ ਓ ਪੀ ਨੇ ਵਿਰੋਧ ਤਾਂ ਕੀਤਾ ਨਹੀਂ ਗਾ, ਚਾਹੇ ਆ ਪ੍ਰੋਫੈਸਰ ਸਾਹਿਬ ਨੇ ਹੁਣੇ ਗੱਲ ਕੀਤੀ ਸੀਗੀ ਅਕਾਲੀ ਦਲ ਦੀ, ਜੇ ਉਦੋਂ ਪਹਿਲਾਂ ਜਾਖੜ ਸਾਹਿਬ ਨੂੰ ਲਾਇਆ ਸੀਗਾ ਅਤੇ ਚੰਨੀ ਨੂੰ ਬਣਾਇਆ ਸੀ, ਮੇਰੇ ਖਿਆਲ ਤਾਂ ਜਾਖੜ ਸਾਹਿਬ ਨੇ ਕੋਈ ਰੈਲੀਆਂ ਨਹੀਂ ਕੀਤੀਆਂ ਗਈਆਂ। ਸੋ ਪਾਰਟੀ ਜਿਹੜੀ ਹੈਗੀ ਆ ਉਹ ਅੰਦੋਲਨ 'ਚੋਂ ਨਿਕਲੀ ਵੀ ਪਾਰਟੀ ਹੈ। ਸੋ ਕਈ ਚੀਜ਼ਾਂ ਦੇ ਵਿੱਚ ਉਹਦੇ ਵਿੱਚ ਜਦੋਂ ਹੁਣ ਪੋਲੀਟੀਕਲ ਪਲੇਟਫਾਰਮ ਇੱਕ ਬਣ ਗਿਆ, ਪੋਲੀਟੀਕਲ ਪਾਰਟੀ ਬਣ ਗਈ, ਉਹਦੇ 'ਚ ਕਮੀਆਂ ਕਈ ਕਈ ਜਿਹੜੀਆਂ ਹੈਗੀਆਂ ਹੁਣ ਸਾਹਮਣੇ ਨਿਕਲ ਕੇ ਆ ਰਹੀਆਂ ਹੈਗੀਆਂ, ਜਿਹਦੇ ਕਾਰਨ ਕੁਛ ਨਾ ਕੁਛ ਪ੍ਰੋਬਲਮਸ ਆ ਰਹੀ। ਮੈਨੂੰ ਦੱਸ ਲੈਂਦਾ, ਮੈਂ ਦੱਸ ਲਵਾਂ ਵੱਡੀ ਕਮੀ ਕੀ ਹੈ। ਵੱਡੀ ਕਮੀ ਹੈ ਤੁਹਾਨੂੰ ਪੰਜਾਬ ਨੇ ਮੁੱਖ ਵਿਰੋਧੀ ਧਿਰ ਵਜੋਂ ਮੌਕਾ ਦਿੱਤਾ ਸੀਗਾ, ਤੁਸੀਂ ਪੰਜਾਬ ਦੇ ਮੁੱਦੇ ਚੁੱਕਣੇ ਸੀਗੇ, ਤੁਸੀਂ ਆਪਸ ਵਿੱਚ ਲੜੀ ਜਾਂਦੇ ਹੋ। ਨਹੀਂ ਦੇਖੋ, ਤੁਹਾਡੀ ਸਭ ਤੋਂ ਵੱਡੀ ਕਮੀ ਹੈ, ਬਿਲਕੁਲ ਕੇ ਪੀ ਸਿੰਘ ਜੀ, ਇਸ ਗੱਲ ਤੇ ਮੈਂ ਤੁਹਾਡੇ ਨਾਲ 100% ਸਹਿਮਤ ਹਾਂ, ਕਿਉਂਕਿ ਜਿਹੜੀ ਇਹ ਇੰਟਰਨਲ ਡਿਫਰੈਂਸਿਸ ਹੈ ਇਹ ਤੁਹਾਨੂੰ ਆਪਦੇ ਘਰੇ ਨਿਬੇੜਨੇ ਚਾਹੀਦੇ ਆ, ਪਰ ਜਿਹੜੇ ਸਾਨੂੰ ਚੁਣ ਕੇ ਨੁਮਾਇੰਦਾ ਜਿੱਥੇ ਓਪੋਜੀਸ਼ਨ ਤੇ ਬਿਠਾਇਆ ਉੱਥੇ ਸਾਨੂੰ ਪੰਜਾਬ ਦੇ ਹੀ ਮੁੱਦੇ ਚੱਕਣੇ ਚਾਹੀਦੇ ਆ ਜਿਹੜੇ ਕਿਤੇ ਨਾ ਕਿਤੇ ਹੁਣ ਪਿੱਛੇ ਰਹਿ ਗਏ ਆ। ਪ੍ਰੋਫੈਸਰ ਮਨਜੀਤ ਸਿੰਘ, ਤੁਸੀਂ ਵਾਰ ਵਾਰ ਅਕਾਲੀ ਦਲ ਦੀ ਗੱਲ ਕਰਦੇ ਸੀਗੇ, ਕਾਂਗਰਸ ਇਸ ਵੇਲੇ ਕਾਂਗਰਸ ਸਰਕਾਰ ਹੈ, ਕੈਪਟਨ ਅਮਰਿੰਦਰ ਸਿੰਘ ਉਹਦੇ ਮੁੱਖ ਮੰਤਰੀ ਹੈ, ਜਿਹੜੇ ਵਿਰੋਧੀ ਪਾਰਟੀ ਨੂੰ ਮੁੱਦੇ ਚੁੱਕਣੇ ਚਾਹੀਦੇ ਸੀਗੇ ਉਹ ਆਪਸੀ ਕਲੇਸ਼ ਦੇ ਵਿੱਚ ਉਲਝੇ ਹੋਏ ਆ, ਪੰਜਾਬ ਦਾ ਕਿਸੇ ਨੂੰ ਕੋਈ ਫਿਕਰ ਨਹੀਂ। ਬਿਲਕੁਲ ਠੀਕ ਹੈ, ਕਾਂਗਰਸ ਨੂੰ ਤਾਂ ਮੌਜਾਂ ਲੱਗੀਆਂ, ਕਦੀ ਉਹ ਧਰਮ ਦਾ ਮਸਲਾ ਚੁੱਕ ਕੇ ਅਕਾਲੀਆਂ ਨੂੰ ਦੱਬੀ ਤੁਰੀ ਜਾਂਦੀ ਆ ਅਤੇ ਕਦੀ ਇਹਨਾਂ ਦੀ ਚੁੱਪ ਕਰਕੇ ਉਹਦਾ ਹੋਰ ਫਾਇਦਾ, ਉਹ ਤਾਂ ਬਿਲਕੁਲ ਹੀ ਮੁੱਦੇ 'ਤੇ ਇੱਕ ਪਾਸੇ ਹੀ ਹੋ ਗਏ ਆ, ਇਨਕਲੂਡਿੰਗ ਜਿਹੜਾ ਅਸੈਂਬਲੀ ਦੇ ਵਿੱਚ ਵੀ ਪਿਛਲੀ 'ਚ ਬਹਿਸ ਹੋਈ ਆ ਉਹਦੇ 'ਚ ਤਾਂ ਸਾਰੀ ਦੀ ਸਾਰੀ ਇਹੀ ਸੀ, ਬਰਗਾੜੀ ਵੇਲੇ ਅਤੇ ਨਾ ਬਰਗਾੜੀ ਵਾਲੀ ਸਾਰਾ ਇਸ਼ੂ ਸੀਗਾ ਔਰ ਉਹਦੇ ਨਾਲ ਹੀ ਆਮ ਆਦਮੀ ਪਾਰਟੀ ਵਾਲੀ ਸੀ, ਮੁੱਦੇ ਉਦੋਂ ਵੀ ਰੁੜ ਗਏ ਵਿੱਚ ਹੀ ਨਾ, ਸੈਸ਼ਨ ਨੂੰ ਵਧਾ ਕੇ ਮੁੱਦਿਆਂ ਦੀਆਂ ਗੱਲਾਂ ਉੱਥੇ ਵੀ ਹੋਣੀਆਂ ਚਾਹੀਦੀਆਂ ਸੀ। ਮੈਨੂੰ ਲੱਗਦਾ ਕਿ ਦੇਖੋ ਜਿਹੜੀ ਖਹਿਰਾ ਸਾਹਿਬ ਦੀ, ਕਿਉਂਕਿ ਅੱਜ ਦਾ ਇਹ ਬਹੁਤ ਅਹਿਮ ਵਿਸ਼ਾ ਆ, ਲੋਕ ਵੀ ਇਸ ਗੱਲ ਦਾ ਸੋਚ ਰਹੇ ਆ ਅਤੇ ਹੱਲ ਵੀ ਲੱਭਣਾ ਚਾਹੁੰਦੇ ਆ, ਮੇਰਾ ਖਿਆਲ ਹੈ ਕਿ ਖਹਿਰਾ ਸਾਹਿਬ ਇਹ ਗੱਲ ਨੂੰ ਅਸੈਸ ਨਹੀਂ ਕਰ ਸਕੇ ਕਿ ਦਿੱਲੀ ਵਾਲੇ ਉਹਨਾਂ ਨੂੰ ਮੌਕਾ ਤਾੜ ਕੇ ਇੱਕ ਪਾਸੇ ਕੱਢਣਾ ਚਾਹੁੰਦੇ ਸੀ। ਜਿਉਂ ਹੀ ਇਹਨਾਂ ਨੇ ਉਹਨਾਂ ਦੇ ਮਾਫੀਨਾਮੇ ਦੇ ਉੱਤੇ ਇਹ ਕਹਿਤਾ, ਰੋਸ ਪ੍ਰਗਟ ਕਰਤਾ ਔਰ ਰੈਫਰੈਂਡਮ 2020 'ਤੇ ਮਾੜੀ ਜਿਹੀ ਕੋਈ ਇਹੋ ਜਿਹੀ ਸਟੇਟਮੈਂਟ ਵੀ ਦਿੱਤੀ, ਬਾਅਦ ਵਿੱਚ ਜਿਹੜੀ ਉਹਦੀ ਕਲੈਰੀਫਿਕੇਸ਼ਨ ਆਈ, ਉਹਨਾਂ ਨੂੰ ਲੱਗਾ ਕਿ ਹੁਣ ਮੌਕਾ ਆ ਕਿ ਦਬੱਲਿਆ ਜਾਏ, ਉਹਨਾਂ ਨੇ ਇਹਨਾਂ ਨੂੰ ਐਲ ਓ ਪੀ ਬਦਲ ਦਿੱਤਾ। ਅਸਲ 'ਚ ਗੱਲ ਜਿਹੜੀ ਆ, ਮੁੱਦਾ ਸਾਰਾ ਜਿਹੜਾ ਇੱਥੋਂ ਸ਼ੁਰੂ ਹੋਇਆ, ਮੇਰਾ ਖਿਆਲ ਹੈ ਹੈਂ ਉਹਦੇ ਨਾਲ ਲੜਾਈ ਹੈ ਨਾ ਸਿਰਫ ਇਹ ਦੇਖੋ ਹੈ ਤਾਂ ਸੱਤਾ ਦੇ ਵਿੱਚ ਅਹੁਦੇ ਦੀ ਲੜਾਈ ਤਾਂ ਬਹੁਤ ਵੱਡੀ ਲੜਾਈ ਹੁੰਦੀ ਹੈ, ਔਰ ਜੇ ਤੁਹਾਡੇ ਕੋਲ ਕਮਾਂਡ ਹੀ ਕਿਤੇ ਹੋਰ ਚੱਲੇਗੀ ਤਾਂ ਫਿਰ ਤੁਸੀਂ ਥੱਲੇ ਤੁਰੇ ਫਿਰੋ। ਪਰ ਮੇਰਾ ਖਿਆਲ ਖਹਿਰਾ ਸਾਹਿਬ ਹੁਣੀ ਇੰਨੇ ਸਬਰ ਵਾਲੇ ਨਹੀਂ ਹੈ ਕਿ ਥੱਲੇ ਲੱਗ ਕੇ 5-4 ਸਾਲ ਕਿਸੇ ਦੇ ਕੰਮ ਕਰ ਲੈਣਗੇ। ਜੇ ਉਹਨਾਂ ਨੇ ਇੱਕ ਵਾਰੀ ਕਮਾਂਡ ਲਈ ਆ ਤਾਂ ਉਹ ਕਮਾਂਡ ਨੂੰ ਹਰ ਤਰੀਕੇ ਨਾਲ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨਗੇ, ਤਾਂ ਹੀ ਬਠਿੰਡੇ 'ਚ ਰੈਜੋਲਿਊਸ਼ਨ ਪਾਤਾ ਕਿ ਮੈਨੂੰ ਐਲ ਓ ਪੀ ਮਨਜ਼ੂਰ ਹੀ ਨਹੀਂ ਹੈਗਾ। ਮੇਰਾ ਖਿਆਲ ਹੈ ਕਿ ਇਹ ਗੱਲਾਂ ਜਿਹੜੇ ਦਿੱਲੀ ਵਾਲੇ ਖੁਦ ਚਾਹੁੰਦੇ ਸੀ ਵੀ ਇਹ ਇਹੋ ਜਿਹੀਆਂ ਗੱਲਾਂ ਕੁਛ ਕਰਨ, ਉਹ ਇਹਨਾਂ ਨੇ ਕੀਤੀਆਂ। ਪਰ ਸਵਾਲ ਇਹ ਸੀ ਕਿ ਜੇ ਹੁਣ MLA ਇਹ ਆਮ ਆਦਮੀ ਪਾਰਟੀ ਦੇ ਹੈਗੇ ਆ, ਰਿਜ਼ਾਈਨ ਕਰ ਨਹੀਂ ਸਕਦੇ, ਕੱਢਣਾ ਉਹਨਾਂ ਨੇ ਹੈ ਨਹੀਂ, ਕਿਉਂਕਿ ਜੇ ਕੱਢਣਗੇ ਤਾਂ ਇਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ, ਫਿਰ ਤਾਂ ਆਰਾਮ ਨਾਲ 8 ਬੰਦੇ ਬਾਹਰ ਬੈਠ ਜਾਣਗੇ, ਅਲੱਗ ਆਪਣੀ ਪਾਰਟੀ ਬਣਾ ਲੈਣਗੇ ਜੇ ਉਹ ਕੱਢ ਦੇਣ, ਕੱਢਣਗੇ ਉਹ ਹੈ ਨਹੀਂ, ਵਿਰੋਧੀ ਦਾ ਨੇਤਾ ਕੋਈ ਹੋਰ ਹੋਊਗਾ। ਇਸ ਕਰਕੇ ਸਭ ਤੋਂ ਵੱਡਾ ਨਹੀਂ ਹੋਜੂਗਾ, ਇਦਾਂ ਵੀ ਹੋ ਸਕਦਾ ਕੀ ਵਿਰੋਧੀ ਦਾ ਨੇਤਾ ਕੋਈ ਹੋਰ ਹੋਜੂਗਾ? ਫਿਰ ਜੇ ਬਾਹਰ ਕੱਢਣ ਗਏ ਤਾਂ ਫਿਰ ਕਿਸੇ ਨਾਲ ਰਲ ਵੀ ਸਕਦੇ ਆ, ਨਹੀਂ ਦੇਖੋ ਹੋ ਸਕਦਾ, ਪੋਸੀਬਿਲਿਟੀ ਹੈ, ਬਿਲਕੁਲ ਇਹ ਇੱਧਰ ਨੂੰ ਤਾਂ ਗੱਲ ਜਾ ਹੀ ਸਕਦੀ ਹੈ ਕਿ ਕੋਈ ਹੋਰ ਹੋ ਸਕਦਾ ਜਾਂ ਇਹ ਹੋ ਸਕਦਾ, ਔਰ ਇਹਨਾਂ ਨੂੰ ਆਫਰ ਵੀ ਸ਼ਾਇਦ ਆਈ ਹੋਵੇ ਇਹੋ ਜਿਹੀ ਗੱਲ, ਰਾਜਨੀਤੀ ਤਾਂ ਹਰ ਕੋਈ ਬੰਦਾ ਇੱਕ ਦੂਜੇ ਨੂੰ ਤਾੜਦਾ ਰਹਿੰਦਾ। ਪਰ ਮੇਰਾ ਖਿਆਲ ਹੈ ਕਿ ਉਹ ਜਿਹੜਾ ਸਾਰਾ ਮੌਕਾ ਸੀਗਾ ਉਦੋਂ ਕਿ ਇਹ ਸਮਝ ਨਹੀਂ ਸਕੇ ਕਿ ਉਹ ਇਹਨਾਂ ਨੂੰ ਅਸਲ 'ਚ ਬਾਹਰ ਦਾ ਰਸਤਾ ਪਹਿਲਾਂ ਹੀ ਦਿਖਾਉਣਾ ਚਾਹੁੰਦੇ ਸੀ, ਇਹਨਾਂ ਨੇ ਪਲੈਂਕ ਇਹ ਲੈ ਲਿਆ ਕਿ ਅਸੀਂ ਪੰਜਾਬ ਦੇ ਮਾਲਕ ਹਾਂ, ਅਸੀਂ ਪੰਜਾਬ ਦੇ ਲੀਡਰ ਹਾਂ, ਅਸੀਂ ਦਿੱਲੀ ਵਾਲਿਆਂ ਨੂੰ ਕੁਛ ਨਹੀਂ ਸਮਝਦੇ। ਹੁਣ ਸਵਾਲ ਇਹ ਹੈ ਕਿ ਇੱਥੇ ਜਿਹੜੀ ਪੰਜਾਬ ਦੀ ਜਨਤਾ ਜਾਂ ਪੰਜਾਬ ਦੀ ਜੇ ਸੇਵਾ ਕਰਨੀ ਹੈ ਰਾਜਨੀਤਿਕ ਤੌਰ 'ਤੇ ਤਾਂ ਕੁਰਬਾਨੀ ਤਾਂ ਮੰਗਦੀ ਹੈ, ਪਰ ਕਿਹੜੇ ਬੰਦੇ 8 'ਚੋਂ ਕਿੰਨੀ ਕੁਰਬਾਨੀ ਕਰਨ ਲਈ ਤਿਆਰ ਆ ਇਹ ਤੁਸੀਂ ਜਾਣਦੇ ਆ, ਸੰਘਾ ਸਾਹਿਬ ਜਾਣਦੇ, ਆਪਾਂ ਸਾਰੇ ਜਾਣਦੇ ਹਾਂ। ਮੇਰਾ ਖਿਆਲ MLAship ਸਾਰਿਆਂ ਵੱਲੋਂ ਰਿਜ਼ਾਈਨ ਕਰਕੇ ਪਾਰਟੀ ਬਣਾਉਣੀ ਔਰ ਇੱਕ ਲਾਂਚ ਕਰਨਾ, ਇਹ ਤਾਂ ਕਿਸੇ ਦੇ ਮਨ ਦੀ ਅਜੇ ਵੀ ਕੋਈ ਤਿਆਰੀ ਨਹੀਂ ਹੈ। ਕਿਤੇ ਬੂਹੇ ਬੰਦ ਹੋ ਰਹੇ, ਕਿਤੇ ਬੂਹੇ ਖੁੱਲ੍ਹ ਵੀ ਸਕਦੇ, ਬੂਹੇ ਖੁੱਲ੍ਹ ਵੀ ਸਕਦੇ ਆ, ਕੋਈ ਗੱਲ ਨਹੀਂ, ਬੂਹੇ ਬੰਦ ਕਦੇ ਵੀ ਨਹੀਂ ਹੁੰਦੇ। ਤੇ ਇੱਕ ਗੱਲ ਮੈਂ ਤਾਂ ਹੈਰਾਨ ਹਾਂ ਵੀ ਪ੍ਰੋਫੈਸਰ ਮਨਜੀਤ ਸਿੰਘ ਇਹ ਕਹਿ ਰਹੇ ਨੇ, ਪ੍ਰੋਫੈਸਰ ਮਨਜੀਤ ਸਿੰਘ ਪਾਰਟੀ ਦੇ ਵਿੱਚ ਰਹੇ ਨੇ, ਇਹਨਾਂ ਨੂੰ ਨਹੀਂ ਪਤਾ ਕੇਜਰੀਵਾਲ ਨੇ ਕਿਵੇਂ ਕਿਵੇਂ ਠੋਕਿਆ ਇਹਨਾਂ ਨੂੰ, ਕਿਵੇਂ ਕਿਵੇਂ ਸਾਜ਼ਿਸ਼ਾਂ ਰਚੀਆਂ, ਸਾਜ਼ਿਸ਼ੀ ਤਰੀਕੇ ਨਾਲ ਖਹਿਰੇ ਨੂੰ ਲਾਇਆ। ਅੱਜ ਇਹਨਾਂ ਨੂੰ ਲੱਗ ਰਿਹਾ ਵੀ ਖਹਿਰੇ ਨੇ ਠੀਕ ਚੱਲਿਆ, ਤੇ ਇਹ ਕਿਉਂ ਨਾ ਠੀਕ ਚੱਲੇ ਜੀ, ਇਹ ਤਾਂ ਸਿਆਸੀ ਲੀਡਰ ਸੀ, ਅਸੀਂ ਤਾਂ ਬਾਹਰੋਂ ਕਰਨ ਵਾਲੇ ਆ, ਇਹਨਾਂ ਨੇ ਸਵਰਾਜ ਪਾਰਟੀ ਬਣਾ ਕੇ ਕਿਹੜਾ ਠੀਕ ਪੈਂਚੜਾ ਲੈ ਲਿਆ ਜੀ? ਨਹੀਂ ਨਹੀਂ, ਉਹਨਾਂ ਦੀ ਇੱਕ ਮਿੰਟ ਮੇਰੀ ਗੱਲ ਪੂਰੀ ਕਰ ਲੈਣਾ, ਮੇਰੇ ਕਹਿਣ ਦਾ ਮਤਲਬ ਇਹ ਆ
ਗੱਲ ਆ ਪੋਲੀਟੀਕਲ ਸਿਆਸੀ ਪੈਂਤੜਾ ਸਹੀ ਲੈਣ ਦੀ ਆ ਬਿਲਕੁਲ ਖੈਰੇ ਉਹਨਾਂ ਨੇ ਜੋ ਪੈਂਤੜਾ ਲਾਇਆ ਉਸ ਸਿਚੁਏਸ਼ਨ ਦੇ ਵਿੱਚ ਇਹੀ ਪੈਂਤੜਾ ਕਰੈਕਟ ਸੀ ਤੇ ਉਹਨਾਂ ਨੇ ਕਿਹਾ ਠੀਕ ਆ ਛੇ ਮਤਿਆਂ ਤੇ ਆਪਾਂ ਗੱਲ ਕਰ ਲਾਂਗੇ ਮੈਂ ਸਵਾਲ ਹੋਰ ਕਰ ਲਵਾਂ ਮਾਲੀ ਸਾਹਿਬ ਇੱਕ ਸਵਾਲ ਹੋਰ ਕਰ ਲਾਂ ਪੰਜਾਬ ਦੇ ਵਿੱਚ ਬਹੁਤ ਉਦਾਹਰਨਾਂ ਹੈਗੀਆਂ ਬਹੁਤ ਵੱਡੀ ਉਦਾਹਰਨ ਵੀ ਹੈਗੀ ਆ ਕਿ ਜਿਹੜੇ ਵੱਡੇ ਲੀਡਰ ਹੁੰਦੇ ਆ ਜਦੋਂ ਇਹੋ ਜਿਹਾ ਫੈਸਲਾ ਕਰਦੇ ਆ ਤਾਂ ਉਹਨਾਂ ਦਾ ਸਿਆਸੀ ਕਰੀਅਰ ਆ ਜਿਹੜਾ ਖਤਮ ਹੋ ਰਿਹਾ ਨਹੀਂ ਦੋ ਗੱਲਾਂ ਨੇ ਜੀ ਇਹਦੇ ਵਿੱਚ ਦੇਖੋ ਜਿਹੜੀਆਂ ਸਥਾਪਿਤ ਪਾਰਟੀਆਂ ਹੁੰਦੀਆਂ ਉਹਨਾਂ ਦੇ ਵਿੱਚ ਇਹ ਪਾਰਟੀਆਂ ਕਈ ਵਾਰ ਲਾਗੂ ਹੋ ਜਾਂਦੀਆਂ ਪਰ ਆਂਧਰਾ ਵਿੱਚ ਜਗਨਨਾਥ ਨੇ ਜਿਹੜੇ ਕਾਂਗਰਸ ਦੇ ਗੇੜੇ ਖਵਾਤੇ ਸੀ ਇਹੀ ਜੀ ਗੱਲ ਨਹੀਂ ਪੰਜਾਬ ਦੇ ਵਿੱਚ ਵੀ ਅਸਲ 'ਚ ਕੇਜਰੀਵਾਲ ਨੇ ਪੰਜਾਬ ਨੂੰ ਬੇਦਾਵਾ ਦਿੱਤਾ ਹੋਇਆ ਪੰਜਾਬ 'ਚ ਜਿਹੜਾ ਇੱਕ ਉਬਾਲ ਸੀ ਬਦਲਵੀਂ ਸਿਆਸਤ ਦਾ ਬਦਲਵੀਂ ਵਿਵਸਥਾ ਦਾ ਸੀ ਉਹਨੇ ਲਗਾਤਾਰ ਉਹਨੂੰ ਖਾਰਜ ਕੀਤਾ ਲਗਾਤਾਰ ਖਾਰਜ ਕੀਤਾ ਲਗਾਤਾਰ ਖਾਰਜ ਕੀਤਾ ਇਹ ਉਹਦਾ ਆਸਟਰੀ ਜਿਹਨੂੰ ਆਪਾਂ ਕਹਿੰਦੇ ਆਖਰੀ ਸਟਰੋਕ ਆ ਮਾਸਟਰ ਸਟਰੋਕ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਫਸਤਾ ਵੱਢਣ ਲਈ ਤੇ ਇਦੋਂ ਬਾਅਦ ਕੋਈ ਨਵਾਂ ਉੱਭਰੂ ਵਿੱਚੋਂ ਉੱਭਰੇ ਬਾਹਰ ਉੱਭਰੇ ਕੇਜਰੀਵਾਲ ਭੁੱਲੋ ਜੋ ਵੀ ਪੰਜਾਬ ਕੇਜਰੀਵਾਲ ਨੂੰ ਕਦੇ ਪ੍ਰਵਾਨ ਕਰ ਸਕਦਾ ਕਿਸੇ ਵੀ ਹਾਲਤ ਸੰਘਾ ਸਾਹਿਬ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਪਸੰਦ ਨਹੀਂ ਕੀਤਾ ਜਾਵੇਗਾ ਭਵਿੱਖ ਦੇ ਵਿੱਚ ਦੇਖੋ ਲਾਸਟ ਕਮੈਂਟ ਫਟਾਫਟ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਕਈ ਵਾਰੀ ਗੱਲਾਂ ਇਹ ਹੁੰਦੀਆਂ ਵੀ ਆਪਾਂ ਕੰਮਾਂ ਦੇ ਲਈ ਬੰਦੇ ਨੂੰ ਪਸੰਦ ਕਰਦੇ ਹਾਂ ਜਾਂ ਉਹਨੂੰ ਵੈਸੇ ਨਹੀਂ ਪਸੰਦ ਕਰਦੇ ਦੇਖੋ ਜਿਹੜੀਆਂ ਦਿੱਲੀ ਦੇ ਵਿੱਚ ਜੋ ਕੰਮ ਹੋਏ ਆ ਜਾਂ ਜੋ ਜਿਹੜੇ ਵਾਸਤੇ ਉਹਨਾਂ ਨੇ ਆਪਦਾ ਪੋਲੀਟੀਕਲ ਪਾਰਟੀ ਬਣਾਈ ਸੀ ਦਿੱਲੀ ਦੇ ਵਿੱਚ ਬੜੇ ਹੀ ਉਹਨਾਂ ਨੇ ਪੋਜ਼ਿਟਿਵ ਰਿਜ਼ਲਟ ਦਿੱਤੇ ਆ ਅੱਜ ਦੀ ਡੇਟ ਦੇ ਵਿੱਚ ਤਿੰਨ ਚੀਜ਼ਾਂ ਹੈਲਥ ਐਜੂਕੇਸ਼ਨ ਸੋਸ਼ਲ ਸਿਕਿਉਰਿਟੀ ਜੋ ਵੀ ਹੈਗਾ ਉਹਦੇ ਤੇ ਹੈਲਥ ਐਜੂਕੇਸ਼ਨ ਸਿਕਿਉਰਿਟੀ ਦੀ ਗੱਲ ਨਹੀਂ ਕਰਦੇ ਪੰਜਾਬ ਦੇ ਵਿੱਚ ਤਬਾਹੀ ਦੀ ਗੱਲ ਨਹੀਂ ਕਰਦੇ ਪੰਜਾਬ 'ਚ ਜਿਹੜੀ ਤਬਾਹੀ ਮਚਾਈ ਆ ਪਾਰਟੀ ਜਿਹੜੀ ਕਹਿੰਦੀ ਤਬਾਹੀ ਪੰਜਾਬ ਦੇ ਵਿੱਚ ਮੁੱਦਿਆਂ ਦੀ ਗੱਲ ਨਹੀਂ ਕਰਦੇ ਤੁਸੀਂ ਅੱਜ ਦੇ 20 ਬਣੇ ਅੱਜ ਮੇਰੀ ਗੱਲ ਸੁਣੋ ਅੱਜ ਜੇ 20 ਬਣੇ ਆ ਤਾਂ ਉਹ ਝਾੜੂ ਦੇ ਜੇ ਦਿੱਲੀ ਦੀ ਐਗਜ਼ਾਮਪਲ ਦਿੰਨੇ ਹੋ ਪੰਜਾਬ ਦੀ ਗੱਲ ਨਹੀਂ ਕਰਦੇ ਤੁਸੀਂ ਤਿੰਨ ਐਲਓਪੀ ਬਲ ਤੇ ਪੰਜਾਬ ਦੇ ਮੁੱਦਿਆਂ ਦੀ ਜ਼ਿਕਰ ਨਹੀਂ ਕਰਦੇ ਤੁਸੀਂ ਸਰਪੰਚ ਜਿਤਾਏ ਖਾਓ ਗੱਲ 'ਚ ਤੁਸੀਂ ਸਰਪੰਚ ਸਰਪੰਚ ਉਹ ਮਾਲੀ ਸਾਹਿਬ ਉਹ ਪਹਿਲਾਂ ਹੀ ਸਰਕਾਰਾਂ ਦੇ ਬਣਦੇ ਉਹ ਤਾਂ ਨੋਮੀਨੇਟ ਚਾਹੀਦੇ ਐਵੇਂ ਤੁਸੀਂ ਕਿਹੜੇ ਜਿਤਾ ਦੇ ਬਣਦੇ ਕਿਹੜੇ ਬਣਦੇ ਆ ਜੀ ਦੱਸੋ ਮੈਨੂੰ ਐਵੇਂ ਕਰੀ ਜਾਂਦੇ ਤੁਸੀਂ ਜਿਹੜੀ ਗੱਲ ਹੈ ਨਾ ਤੁਸੀਂ ਉਸ ਤੇ ਆਓ ਜਿਹੜੀਆਂ ਇਹ ਲੋਕਲ ਬਾਡੀਜ਼ ਦੀਆਂ ਇਲੈਕਸ਼ਨਸ ਹੁੰਦੀਆਂ ਉਹ ਸਰਕਾਰਾਂ ਦੀਆਂ ਹੁੰਦੀਆਂ ਤੁਸੀਂ ਮੇਰੇ ਤੋਂ ਜ਼ਿਆਦਾ ਤਜਰਬੇਕਾਰ ਹੈ ਐਵੇਂ ਆਪਾਂ ਡੀਟੇਲ ਕਰੀ ਜਾਂਦੇ ਮੈਂ ਬਿਲਕੁਲ ਹੁੰਦੀਆਂ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀ ਤੇ ਜ਼ੀਰੋ ਕਦੇ ਨਹੀਂ ਉਹ ਯਾਰ ਮੋਗੇ ਚੋਂ ਜਿੱਤੇ ਆ ਅਸੀਂ ਤੁਸੀਂ ਜ਼ੀਰੋ ਕਹਿੰਦੇ ਅਸੀਂ ਮੋਗੇ ਚੋਂ ਜਿੱਤੇ ਆ ਬਲਾਕ ਸੰਮਤੀਆਂ ਜਿੱਤੇ ਆ ਅਸੀਂ ਕੇਪੀ ਸਿੰਘ ਸਭ ਤੋਂ ਵੱਡਾ ਨਹੀਂ ਨਹੀਂ ਸਾਡੇ ਲੈਣੇ ਤੁਹਾਡੀ ਗੱਲ ਜਿਹੜੀ ਗੱਲ ਆਪਾਂ ਸੰਗਤ ਸਾਹਿਬ ਗਰਾਊਂਡ ਤੇ ਕੀ ਪਿਆ ਸਭ ਨੂੰ ਦੇਖਦਾ ਪਿਆ ਤੁਸੀਂ ਮੋਗੇ ਦੀ ਐਗਜ਼ਾਮਪਲ ਦਿੰਨੇ ਪਿਓ ਨਹੀਂ ਨਹੀਂ ਦੇਖੋ ਮੇਰੀ ਗੱਲ ਸੁਣੋ ਹਰੇਕ ਨਗਰ ਪੰਚਾਇਤ ਦੇ ਜਾਓਗੇ ਨਗਰ ਨਿਗਮ ਜਾਓਗੇ ਇੱਕ ਸੀਟ ਨਹੀਂ ਨਹੀਂ ਇਹਦੇ ਵਿੱਚ ਪਤਾ ਕੀ ਗੱਲ ਹੁੰਦੀ ਹੈ ਕੇਪੀ ਸਾਹਿਬ ਜਿੱਥੇ ਮੈਂ ਉਹੀ ਗੱਲ ਕਰਦਾ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਰਾਜਨੀਤੀ ਰਣਨੀਤੀ ਨਾਲ ਹੀ ਹੁੰਦੀ ਹੈ ਮੈਂ ਟੂ ਬੀ ਵੈਰੀ ਫਰੈਂਕ ਸਾਨੂੰ ਬੜਾ ਚਿਰ ਹੋ ਗਿਆ ਇਹਦੇ ਚ ਕਰਦੇ ਨੂੰ ਸਾਨੂੰ ਜੋੜ ਤੋੜ ਵੀ ਆਉਂਦੇ ਸਾਨੂੰ ਸੀਟਾਂ ਵੀ ਜਿਤਾਉਣੀਆਂ ਆਉਂਦੀਆਂ ਜੋੜ ਤੋੜ ਆਉਂਦੇ ਜੇ ਥੱਲੇ ਲੈ ਆਉਂਦੇ ਠੀਕ ਹੈ ਨਾ ਅਸੀਂ ਵੀ ਇਹਦਾ ਮਤਲਬ ਰਵਾਇਤੀ ਸਿਆਸਤ ਵਾਂਗੂ ਚੜ੍ਹਨੇ ਹੋ ਤੁਸੀਂ ਸਿਆਸਤ ਤਾਂ ਸਿਆਸਤ ਵਾਂਗੂ ਹੋ ਜੇ ਸਿਆਸੀ ਪੈਂਤੜੇ ਅਡਾਪਟ ਹੀ ਕਰ ਲਾਂਗੇ ਮੇਰੇ ਕੋਲ ਵਕਤ ਨਹੀਂ ਹੈ ਮੇਰੇ ਕੋਲ ਵਕਤ ਨਹੀਂ ਹੈ ਬਹੁਤ ਧੰਨਵਾਦ ਮਾਲੀ ਸਾਹਿਬ ਤੁਹਾਡਾ ਸੰਗਾ ਸਾਹਿਬ ਤੁਹਾਡਾ ਪ੍ਰਸਮਜੀਤ ਸਿੰਘ ਤੁਹਾਡਾ ਵੀ ਬਹੁਤ ਧੰਨਵਾਦ ਤੇ ਚੰਦ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਤੋਂ ਨਹੀਂ ਆਏ ਉਹਨਾਂ ਦਾ ਵੀ ਧੰਨਵਾਦ ਤੇ ਕਾਂਗਰਸ ਦਾ ਵੀ ਧੰਨਵਾਦ ਜਿਹਨਾਂ ਕੋਲ ਇਹ ਵਕਤ ਨਹੀਂ ਸੀਗਾ ਆਮ ਆਦਮੀ ਪਾਰਟੀ ਦੇ ਵਿੱਚ ਬਾਕੀਆਂ ਲਈ ਕੀ ਬੂਹੇ ਬੰਦ ਹੋ ਕੇ ਆ ਅਸੀਂ ਗੱਲ ਕੀਤੀ ਸੀ ਆਪ ਅਲਟੀਮੇਟਮ ਤੇ ਅੰਜਾਮ ਅੰਜਾਮ ਕੀ ਹੋਵੇਗਾ ਇੰਤਜ਼ਾਰ ਕਰਨਾ ਪਵੇਗਾ ਬਹੁਤ ਧੰਨਵਾਦ।